ना पेचीद मुए नारंजीद ताना के बेरों खुदा वुर्द दुश्मन शिकना ना दानम के ही मर्द पैमा शिकना के दौलत परस्तस्त ईमा फिकना ना ईमा परस्ती ना ओजाए दीन ना साहिब शनासी ना मोहम्मद यकीन नानक गुरु गोबिंद सिंह पूरन हरि अवतार जगमग ज्योत बराज रही श्री अबचल नगर अपार सतनाम श्री वाहेगुरु साहिब जी बिसन पद सारंग संत साज साज चले सकल सुर देव कुल प्रदान हे बेरीच सैन संबुह सुरगन रुद्र बिसन महान हे साज साज चले सकल सुर वाहिगुरु जी का खालसा वाहिगुरु जी की फतेह। सतगुरु कलगीधर पातशाह गुरु गोबिंद सिंह जी महाराज तिना दी महान कृपा दे नाल आपां सारे साहब जी दी पावन कथा श्री सरबलो प्रकाश ग्रंथ दी कथा बड़ी श्रद्धा दी भावना दी नाल सरवण करदे आ रहे हां। आओ मन दियां विरतियां नूं एकाग्र चित करिए उच्चारण करिए सतनाम श्री वाहे गुरु साहिब जी सतनाम श्री वाहे गुरु साहिब जी सतनाम श्री वाहे गुरु साहिब जी बिसन पद सारंग संत महाराज कलगीधर पातशाह गुरु गोबिंद सिंह जी सारंग राग दे विच ते संता दे विच कृपा कर रहे ने। सारंग गुरु खालसा जी राग दा नाम है ते संत छंद दा नाम है। महाराज कलगीधर पातशाह जी ने दोनों ही एक थां दे उपर इकट्ठियां करके लिख दित्ते ने। सारंग राग दे विच गाउण दी तगीद कीती है ते छंद शास्त्र दे अनुसार संतां दी मात्रा महाराज साहिब जी ने इस काव्य रचना दे विच रखियां ने। सो कल दी कथा विच आप जी ने सरवण कीता सी कि बहुत सारी ब्रह्मा जी दी फौज जिहड़ी है वह जा रही है ते अगे हुण महाराज कलगीधर पातशाह गुरु गोबिंद सिंह जी ब्रह्मा जी का जो वाहन हंस है जिन्हों परम हंस करके भी पुराणा विच लिखिया है ते जिहदा नाम पुराण पुरख करके भी लिखिया है ते उहदे प्रसंग नूं महाराज कलगीधर पातशाह जी अज दी कथा विच तोरनगे। जो ब्रह्मा जी का वाहन परम हंस है उहदे बाबत जो उपनिषदां दे विच भी वेदांत का गूढ़ रहस ते पुराणा विच उहदी कथा जो आई है वह महाराज कलगीधर पातशाह जी लिखणगे। भाई गुरदास साहिब जी ने जो अपनियां वारां दे विच सतयुग हंस अवता अवतार धर सोहंग ब्राह्मण दूजा पाजे सतयुग दे विच भगवान विष्णु ने हंस का अवतार धारिया सी
ਕੁਝ ਵਿਸ਼ਨੂੰ ਦੇ 24 ਅਵਤਾਰ ਹੋਏ ਨੇ, ਇਹ ਗੁਰੂ ਖਾਲਸਾ ਜੀ 18 ਅਵਤਾਰ ਹੋਇਆ ਹੈ। ਇਹਦੇ ਪੰਖਾਂ ਦੇ ਉੱਪਰ ਸੁਨਹਿਰੀ ਗੁਰੂ ਖਾਲਸਾ ਜੀ ਵੇਦਾਂ ਦੀਆਂ ਪੰਕਤੀਆਂ ਲਿਖੀਆਂ ਹੋਈਆਂ ਸੀ। ਇਸ ਤਰੀਕੇ ਦੇ ਨਾਲ ਵੇਦ ਬਾਣੀ ਦਾ ਪ੍ਰਚਾਰ ਭਗਵਾਨ ਨੇ ਹੰਸ ਦਾ ਅਵਤਾਰ ਧਾਰ ਕੇ ਕੀਤਾ ਸੀ। ਇਹ ਕਥਾ ਭਾਈ ਸਾਹਿਬ ਭਾਈ ਗੁਰਦਾਸ ਸਾਹਿਬ ਜੀ ਨੇ ਲਿਖੀ ਹੈ ਅਤੇ ਸੰਪਰਦਾਵਾਂ ਦੇ ਵਿੱਚ ਇਹਦਾ ਅਰਥ ਇਹ ਪ੍ਰਕਾਰ ਕੀਤਾ ਜਾਂਦਾ ਹੈ। ਸਰਬਲੋ ਪ੍ਰਕਾਸ਼ ਗ੍ਰੰਥ ਵਿੱਚ ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਇਹ ਜੋ ਹੰਸ ਅਵਤਾਰ ਦੀ ਗੱਲ ਹੈ ਇਹ ਕੀਤੀ ਹੈ। ਜੋ ਇਹ ਮਹਾਰਾਜ ਸਾਹਿਬ ਜੀ ਨੇ ਬ੍ਰਹਮੇ ਦਾ ਵਾਹਨ ਲਿਖਦਿਆਂ ਮਹਾਰਾਜ ਸਾਹਿਬ ਜੀ ਨੇ ਹੰਸ ਪਰਮ ਹੰਸ ਦੀ ਵਡਿਆਈ ਕੀਤੀ ਹੈ। ਇਹ ਪ੍ਰਸੰਗ ਨੂੰ ਇੰਨਾ ਖੋਲ੍ਹਿਆ ਏ, ਇਹਦਾ ਕਾਰਨ ਇਹੋ ਹੀ ਹੈ ਕਿ ਮਹਾਰਾਜ ਸਾਹਿਬ ਜੀ ਨੇ ਜੇ ਧਿਆਨ ਦੇ ਨਾਲ ਗੁਰੂ ਖਾਲਸਾ ਜੀ ਇਹ ਪ੍ਰਸੰਗ ਨੂੰ ਸਮਝਿਆ ਜਾਏ ਤੇ ਇਹ ਭਗਵਾਨ ਨੇ ਜੋ ਹੰਸ ਅਵਤਾਰ ਧਾਰਿਆ ਏ ਉੱਧਰ ਨੂੰ ਮਹਾਰਾਜ ਸਾਹਿਬ ਜੀ ਇਸ਼ਾਰਾ ਕਰਦੇ ਨੇ। ਭਾਈ ਗੁਰਦਾਸ ਸਾਹਿਬ ਜੀ ਦੀ ਵਾਰ ਦੀ ਵਿਆਖਿਆ ਮਹਾਰਾਜ ਕਲਗੀਧਰ ਪਾਤਸ਼ਾਹ ਜੀ ਨੇ ਸਰਬਲੋ ਪ੍ਰਕਾਸ਼ ਗ੍ਰੰਥ ਵਿੱਚ ਕੀਤੀ ਹੈ। ਆਓ ਮਨ ਦੀਆਂ ਬਿਰਤੀਆਂ ਨੂੰ ਇਕਾਗਰ ਚਿਤ ਕਰਕੇ ਇਹ ਪ੍ਰਸੰਗ ਨੂੰ ਸਰਵਣ ਕਰੀਏ। ਹੁਣ ਤੇ ਗੁਰੂ ਖਾਲਸਾ ਜੀ ਇਹ ਪ੍ਰਸੰਗ ਬਹੁਤਾ ਖੋਲ੍ਹਿਆ ਨਹੀਂ ਜਾਏਗਾ, ਜਿਵੇਂ ਗੁਰੂ ਖਾਲਸਾ ਜੀ ਲੜੀ ਚੱਲਦੀ ਹੈ ਉਸੇ ਪ੍ਰਕਾਰ ਹੀ ਇਹ ਚੱਲਿਆ ਜਾ ਰਿਹਾ ਹੈ। ਫਿਰ ਕਿਤੇ ਸਮਾਂ ਮਿਲਿਆ ਤੇ ਧਿਆਨ ਦੇ ਨਾਲ ਇਹਨੂੰ ਵਿਚਾਰ ਕਰਕੇ ਜੋ ਭਾਈ ਸਾਹਿਬ ਭਾਈ ਗੁਰਦਾਸ ਸਾਹਿਬ ਜੀ ਨੇ ਗੁਰੂ ਖਾਲਸਾ ਜੀ ਇਹ ਤੁਕ ਲਿਖੀ ਹੈ ਅਤੇ ਉਹਦੀ ਵਿਆਖਿਆ ਕਲਗੀਧਰ ਪਾਤਸ਼ਾਹ ਨੇ ਕੀਤੀ ਹੈ, ਸਰਬਲੋ ਪ੍ਰਕਾਸ਼ ਵਿੱਚ ਅੱਗੇ ਰੱਖੀ ਜਾਏਗੀ। ਸਾਜ ਸਾਜ ਚੱਲੇ ਸਕਲ ਸੁਰ। ਮਹਾਰਾਜ ਕਲਗੀਧਰ ਪਾਤਸ਼ਾਹ ਜੀ ਕਹਿੰਦੇ ਆ ਵੀ ਸਾਰੇ ਦੇਵਤੇ ਆਪੋ ਆਪਣੇ ਵਾਹਨਾਂ ਦੀ ਤਾਈ ਸਾਜ ਕਰਕੇ ਚੱਲੇ ਹਨ। ਦੇਵ ਕੁਲ ਪ੍ਰਧਾਨ ਹੈ। ਮਹਾਰਾਜ ਕਹਿੰਦੇ ਨੇ ਦੇਵਤਿਆਂ ਦੀ ਕੁਲ ਵਿੱਚੋਂ ਜਿੰਨੇ ਵੀ ਪ੍ਰਧਾਨ ਮੁਖੀ ਜਿੰਨੇ ਵੀ ਜਰਨੈਲ ਸਨ ਦੇਵਤਿਆਂ ਦੇ ਉਹ ਸਾਰੇ ਹੀ ਚੱਲੇ ਨੇ। ਬ੍ਰੀਚ ਸੈਨ ਸੰਭੂਹ ਸੁਰਗਨ। ਬ੍ਰੀਚ ਕਹਿੰਦੇ ਨੇ ਬ੍ਰਹਮੇ ਦੀ ਸੈਨਾ ਤੇ ਸਮੂਹ ਦੇਵਤੇ ਜਿੰਨੇ ਵੀ ਬ੍ਰਹਮਪੁਰੀ ਵਿੱਚ ਰਹਿੰਦੇ ਨੇ। ਰੁਦਰ ਬਿਸਨ ਮਹਾਨ ਹੈ। ਰੁਦਰ ਸ਼ਿਵ ਬਿਸਨ ਸਾਰੇ ਇੰਦਰ ਦੀ ਮਦਾਦੀ ਕਰਨ ਵਾਸਤੇ ਮਦਾਦੀ ਹੋ ਕਰਕੇ ਮਦਦ ਕਰਨ ਵਾਸਤੇ ਚੱਲੇ ਨੇ। ਗਣਪਤ ਸਕਲ ਸੁਰ ਸਿੱਧ ਰਿਖ ਮੁਨ। ਮਹਾਰਾਜ ਸਾਹਿਬ ਜੀ ਕਹਿੰਦੇ ਨੇ ਗਣਾਂ ਦਾ ਪਤੀ ਗਣੇਸ਼ ਸਾਰੇ ਦੇਵਤੇ 84 ਸਿੱਧ ਫੇ ਰਿਖੀ ਤੇ ਮੁਨੀ ਜਨ। ਸ਼ਿਆਮ ਕਾਰਤਿਕ ਆਦਿ ਹੈ। ਸ਼ਿਆਮ ਕਾਰਤਿਕ ਗੁਰੂ ਖਾਲਸਾ ਜੀ ਸ਼ਿਵਾ ਦੇ ਦੂਸਰੇ ਬੇਟੇ ਦਾ ਨਾਮ ਹੈ। ਇੱਕ ਦਾ ਨਾਮ ਗਣੇਸ਼ ਹੈ, ਇੱਕ ਦਾ ਨਾਮ ਸਵਾਮ ਕਾਰਤਿਕ ਹੈ। ਇਹ ਸਾਰੇ ਹੀ ਇਕੱਠੇ ਹੋ ਕਰਕੇ ਚੱਲੇ ਨੇ ਇਤਿਆਦਿਕ ਦੇਵਤੇ। ਭੈਰਵ ਬੇਤਾਲ ਪਿਸਾਚ ਸ਼ਿਵ ਗਣ। ਸ਼ਿਵ ਸ਼ਿਵ ਜੀ ਦੇ ਗਣ ਚੇਲੇ ਤੇ ਪਿਸਾਚ ਬੇਤਾਲ ਤੇ ਭੈਰਵ ਇਹ ਗੁਰੂ ਖਾਲਸਾ ਜੀ ਸ਼ਿਵ ਜੀ ਦੇ ਗਣਾਂ ਦੇ ਨਾਮ ਨੇ। ਇਹ ਸਾਰੇ ਇਕੱਠੇ ਹੋ ਕਰਕੇ ਚੱਲੇ ਨੇ। ਭੂਤ ਭੈਰਵ ਨਾਦ ਹੈ। ਭੂਤ ਭੈਰਵ ਨਾਦ ਕਹੀਏ ਆਵਾਜ਼ ਕਰਨ ਵਾਲੇ ਉੱਚੀ ਉੱਚੀ ਕੂਕਾਂ ਮਾਰਦੇ ਚੱਲੇ ਹਨ। ਕਿਨਰ ਸਕਲ ਗਨ ਜਸ਼ ਗੰਧਰਵ। ਅਤੇ ਗੰਧਰਵ ਕਹਿੰਦੇ ਨੇ ਦੇਵਤਿਆਂ ਦੇ ਰਾਗੀਆਂ ਨੂੰ। ਜਸ਼ ਗਨ ਨਾਮ ਸ਼ਿਵ ਜੀ ਦੇ ਚੇਲਿਆਂ ਦਾ ਏ। ਇਹ ਸਾਰੇ ਜਿੰਨੇ ਵੀ ਕਿੰਨਰ ਆਦਿਕ ਨੇ। ਬਿਸਨ ਲੋਕ ਬਿਰੰਚ ਹੈ। ਫਿਰ ਬਿਰੰਚ ਕਹੀਏ ਬ੍ਰਹਮਪੁਰੀ ਦੇ ਤੇ ਬਿਸ਼ਨੂਪੁਰੀ ਦੇ ਲੋਕ ਜਿੰਨੇ ਵੀ ਨੇ ਉਹ ਸਾਰੇ ਹੀ ਇਕੱਠੇ ਹੋ ਕਰਕੇ ਚੱਲੇ ਨੇ। ਸੈਨਾ ਸੰਭੂਹ ਅੰਬੂਹ ਸੁਰ ਦਲ। ਇਹ ਸਾਰੀ ਹੀ ਸੈਨਾ ਤੇ ਦੇਵਤਿਆਂ ਦੇ ਦਲ ਦੇ ਜਿੰਨੇ ਵੀ ਅੰਬੂਹ ਕਹੀਏ ਗੁਰੂ ਹਨ ਜਥੇ ਹਨ। ਜੁੱਥ ਜੁੱਥ ਪ੍ਰਤੰਚ ਹੈ। ਅਜੇ ਸਾਰਿਆਂ ਨੇ ਧਨਖਾਂ ਦੀਆਂ ਤੰਦੀਆਂ ਜਿਹੜੀਆਂ ਨੇ ਉਹ ਕੱਸ ਲਈਆਂ ਨੇ। ਪ੍ਰਤੰਚ ਨਾਮ ਤੰਦੀਆਂ ਦਾ ਏ ਤੇ ਧਨਖਾਂ ਦੀਆਂ ਜਿਹੜੀਆਂ ਤੰਦੀਆਂ ਨੇ ਉਹਨਾਂ ਨੂੰ ਕੱਸ ਕਰਕੇ
ਭਾਵ ਤਿਆਰ ਬਰ ਤਿਆਰ ਹੋ ਕਰਕੇ ਚੱਲ ਪਏ ਨੇ। ਜੁਥ ਜੁਥ ਅਨੀ ਸਮੂਹੰ, ਮਹਾਰਾਜ ਸਾਹਿਬ ਜੀ ਕਹਿੰਦੇ ਨੇ ਜਥਿਆਂ ਦੇ ਜਥੇ ਬਣਾ ਕਰਕੇ ਸਾਰੀ ਹੀ ਫੌਜ ਚੱਲੀ ਹੈ। ਪੁੰਜ ਪੁੰਜੰ ਸੈਨਹੇ, ਮਹਾਰਾਜ ਕਹਿੰਦੇ ਢੇਰਾਂ ਦੇ ਢੇਰ ਨੇ ਸੈਨਾ ਦੇ, ਕਿਤੇ ਥੋੜੀ ਸੈਨਾ ਥੋੜੀ ਹੈ, ਢੇਰਾਂ ਦੇ ਢੇਰ ਨੇ, ਇੰਨੀ ਸੈਨਾ ਇਕੱਠੀ ਹੋ ਕਰਕੇ ਚੱਲੀ ਹੈ। ਕੰਨ ਘੋਰ ਘੋਰ ਘਟਾ ਚੱਲੀ, ਸਾਹਿਬ ਜੀ ਕਹਿੰਦੇ ਆ ਫੌਜ ਕਾਹਦੀ ਚੱਲੀ ਹੈ, ਇੰਜ ਪ੍ਰਤੀਤ ਹੁੰਦਾ ਏ ਜਿਵੇਂ ਬਹੁਤੇ ਕਨਘੋਰ ਨਾਮ ਗੱਜਦੇ ਹੋਏ, ਤੇ ਘੋਰ ਨਾਮ ਭਿਆਨਕ ਤੇ ਘਟਾ ਨਾਮ ਬੱਦਲ, ਤੇ ਚਲੀ ਮੈਨੇ ਚਲੇ ਜਾਂਦੇ ਹੋਣ, ਜਾਂ ਗੱਜਦੀਆਂ ਹੋਣਗੀਆਂ ਡਰਾਉਣੀਆਂ ਬਦਲੀਆਂ ਤੁਰੀਆਂ ਜਾਂਦੀਆਂ ਹੋਣ, ਐਸਾ ਪ੍ਰਤੀਤ ਹੋ ਰਿਹਾ ਏ। ਦਲ ਦੀਹ ਦਾਰੁਨ ਐਨ ਹੈ, ਐਨ ਕਹੀਏ ਤਿਆਰ ਪਰ ਤਿਆਰ, ਐਨ ਪੂਰੀ ਜਿਹੜੀ ਫੌਜ ਹੈ ਉਹ ਬਹੁਤੀ, ਦਾਰੁਨ ਕਹੀਏ ਡਰਾਉਣੀ ਹੈ, ਦੀ ਕਹੀਏ ਵੱਡਾ ਏ ਕਾਫਲਾ, ਐਸਾ ਦਲ ਹੈ ਜਾ ਰਿਹਾ। ਹੰਸ ਬਾਹਨ ਸਾਜ ਸੈਨਨ, ਹੰਸ ਬਾਹਨ ਗੁਰੂ ਖਾਲਸਾ ਜੀ ਬ੍ਰਹਮਾ ਜੀ ਦਾ ਨਾਮ ਹੈ, ਤੇ ਇਹਨਾਂ ਨੇ ਵੀ ਆਪਣੀ ਸੈਨਾ ਨੂੰ ਸਾਜਨਾ ਕੀਤਾ ਏ, ਤਿਆਰ ਬਰ ਤਿਆਰ ਕੀਤਾ ਏ। ਬਿਮਲ ਦਿਵਯ ਸਵ ਰੂਪ ਹੈ, ਸੈਨਾ ਬਹੁਤੀ ਸਾਫ ਸੁਥਰੀ ਹੈ, ਚਿੱਟੇ ਰੰਗ ਦੇ ਕੱਪੜੇ ਪਾਉਣ ਵਾਲੀ ਹੈ, ਤੇ ਦਿਵ ਕਹੀਏ ਪ੍ਰਕਾਸ਼ ਦੀ ਹੈ, ਤੇ ਸਰੂਪ ਕਹੀਏ ਐਸਾ ਸਰੂਪ ਹੈ ਜਿਹੜੀ ਫੌਜ ਦਾ ਵੀ ਦੂਰੋਂ ਹੀ ਚਮਕਾਰੇ ਮਾਰਦਾ ਏ, ਪ੍ਰਕਾਸ਼ ਦਾ ਏ। ਜਿਹ ਦਰਸ ਦੇਖਤ ਪਾਪ ਨਾਸਤ, ਮਹਾਰਾਜ ਕਲਗੀਧਰ ਪਾਤਸ਼ਾਹ ਕਹਿੰਦੇ ਵੀ ਇੰਨੀ ਨਿਰਮਲ ਫੌਜ ਹੈ ਜਿਹਨੂੰ ਵੇਖ ਕਰਕੇ ਪਾਪ ਨਸ ਜਾਂਦੇ ਨੇ। ਇੱਥੇ ਮਹਾਰਾਜ ਸਾਹਿਬ ਜੀ ਨੇ ਇਹ ਅਲੰਕਾਰ ਕਿਉਂ ਵਰਤਿਆ ਹੈ? ਕਿਉਂਕਿ ਪਾਪ ਉੱਥੇ ਹੁੰਦੇ ਨੇ ਜਿੱਥੇ ਮੈਲ ਹੋਵੇ। ਮਹਾਰਾਜ ਸਾਹਿਬ ਜੀ ਨੇ ਲਿਖਿਆ ਇਹ ਜਨਮ ਜਨਮ ਕੀ ਇਸ ਮਨ ਕੋ ਮਲ ਲਾਗੀ, ਕਾਲਾ ਹੋਆ ਸਿਆਹ ਹੋ। ਜਦੋਂ ਗੁਰੂ ਖਾਲਸਾ ਜੀ ਮਨ ਨੂੰ ਮੈਲ ਲੱਗ ਜਾਂਦੀ ਹੈ ਨਾ, ਤੇ ਮਨ ਕਾਲਾ ਹੋ ਜਾਂਦਾ ਹੈ, ਤੇ ਮੈਲ ਉਤਰ ਜਾਵੇ ਤੇ ਮਨ ਨਿਰਮਲ ਹੋ ਜਾਂਦਾ ਹੈ। ਪੁਰਾਤਨ ਮਹਾਂਪੁਰਖ ਨੇ ਇੱਕ ਵਾਰ ਮੈਨੂੰ ਦੱਸਿਆ ਸੀ ਕਿ ਜਦੋਂ ਕੋਈ ਮਹਾਂਪੁਰਖ ਇਹ ਦੁਨੀਆਂ ਤੋਂ ਜਾਂਦਾ ਹੈ ਨਾ, ਤੇ ਉਹਦੇ ਵਾਸਤੇ ਵਿਮਾਨ ਆਉਂਦਾ ਤੇ ਵਿਮਾਨ ਵਿੱਚ ਉਹ ਬੈਠਦਾ ਹੈ, ਤੇ ਥੱਲੇ ਇੱਕ ਬੇੜਾ ਜਾਂਦਾ ਹੈ, ਉੱਪਰ ਮਹਾਂਪੁਰਖ ਦਾ ਵਿਮਾਨ ਜਾਂਦਾ ਹੈ ਤੇ ਥੱਲੇ ਭਵ ਜਲ ਦੇ ਉੱਪਰੋਂ ਦੀ ਬੇੜਾ ਜਾਂਦਾ ਹੈ, ਤੇ ਮਹਾਂਪੁਰਖ ਜਿਹਨੂੰ ਚਾਹੇ ਉਹ ਬੇੜੇ ਵਿੱਚ ਬਿਠਾ ਲਵੇ ਤੇ ਬਿਠਾ ਕੇ ਲੈ ਜਾਵੇ। ਜਿਹੜੀਆਂ ਪਹਿਲੀਆਂ ਗੁਰੂ ਖਾਲਸਾ ਜੀ ਅਵਗਤ ਹੋਈਆਂ ਰੂਹਾਂ ਹੁੰਦੀਆਂ ਨਾ ਮਹਾਂਪੁਰਖ ਦੀ ਕੁਲ ਵਿੱਚ, ਕਹਿੰਦੇ ਸੱਤ ਕੁਲਾਂ ਮਹਾਂਪੁਰਖ ਦੇ ਨਾਨਕਿਆਂ ਦੀਆਂ, ਸੱਤ ਦਾਦਕਿਆਂ ਦੀਆਂ, ਸੱਤ ਸਹੁਰਿਆਂ ਦੀਆਂ ਤਰਦੀਆਂ ਨੇ। ਉਹ ਜਿੰਨੇ ਅਵਗਤ ਹੋਏ ਹੁੰਦੇ ਨੇ ਤੇ ਉਹ ਕਾਲੇ ਉਹਨਾਂ ਦੇ ਬੇਸ ਹੁੰਦੇ ਨੇ, ਕਿਉਂਕਿ ਪਾਪ ਜਿਹੜਾ ਉਹ ਮਨ ਨੂੰ ਕਾਲਿਆਂ ਕਰ ਦਿੰਦਾ ਹੈ। ਤੇ ਜਦੋਂ ਉਹ ਗੁਰੂ ਖਾਲਸਾ ਜੀ ਕਹਿੰਦੇ ਬੇੜੇ ਵਿੱਚ ਆ ਕੇ ਬੈਠਦੇ ਨੇ ਤੇ ਉਹ ਸਾਫ ਸੁਥਰੇ ਹੁੰਦੇ ਜਾਂਦੇ ਨੇ, ਚਿੱਟੇ ਰੰਗ ਦੇ ਹੁੰਦੇ ਜਾਂਦੇ ਨੇ, ਉਹਨਾਂ ਦੇ ਪਾਪ ਲੱਥ ਜਾਂਦੇ। ਸੋ ਜਿੱਥੇ ਪਾਪ ਹੋਵੇ ਉੱਥੇ ਕਾਲਖ ਹੁੰਦੀ ਹੈ, ਤੇ ਜਿੱਥੇ ਪੁੰਨ ਹੋਵੇ ਉੱਥੇ ਉੱਜਲ ਹੋਈਦਾ ਏ। ਇਸ ਵਾਸਤੇ ਸਾਹਿਬ ਜੀ ਨੇ ਇੱਥੇ ਅਲੰਕਾਰ ਵਰਤਿਆ ਏ ਵੀ ਇਹੋ ਜਿਹੇ ਨਿਰਮਲ ਨੇ ਜਿਨ੍ਹਾਂ ਨੂੰ ਦੇਖ ਕਰਕੇ ਪਾਪ ਨਸ ਜਾਂਦੇ ਨੇ। ਅਤ ਬਚਿੱਤਰ ਅਨੂਪ ਹੈ, ਅਤ ਬਾਲਾ ਹੀ ਬਚਿੱਤਰ ਉਪਮਾ ਤੋਂ ਰਹਿਤ ਐਸਾ ਫੌਜ ਦਾ ਸਮੂਹ ਬਣਿਆ ਹੈ। ਮਹਾ ਸਾਧ ਸੁਗਿਆਨ ਪੂਰਨ, ਜਿਹੜੀ ਫੌਜ ਹੈ ਉਹ ਬਹੁਤ ਹੀ ਸਾਧਾਂ ਵਾਲਾ ਸੁਭਾਵ ਹੈ, ਠੰਡਾ ਸੁਭਾਵ ਹੈ, ਕਿਉਂਕਿ ਜਿਹੜੇ ਗਿਆਨੀ ਹੁੰਦੇ ਨੇ ਉਹ ਠੰਡੇ ਸੁਭਾਅ ਦੇ ਹੁੰਦੇ ਨੇ, ਕਈ ਭਾਂਬੜ ਵੀ ਹੁੰਦੇ ਨੇ, ਜਿਹੜੇ ਆਤਮ ਗਿਆਨੀ ਹੁੰਦੇ ਉਹ ਠੰਡੇ ਸੁਭਾਅ ਦੇ ਹੁੰਦੇ ਨੇ, ਤੇ ਬ੍ਰਹਮਾ ਜੀ ਵੇਦਾਂ ਦੇ ਕਰਤੇ ਹੋਏ ਨੇ, ਤੇ ਫੌਜ ਵੀ ਉਹਨਾਂ ਦੀ ਗਿਆਨੀਆਂ ਦੀ ਹੈ, ਸਾਧਾਂ ਦੀ ਹੈ। ਤੇ ਸੁਗਿਆਨ ਕਹੀਏ ਆਤਮ ਗਿਆਨ ਉਹਨਾਂ ਨੂੰ ਪੂਰਨ ਹੈ। ਬ੍ਰਹਮ ਵਿਦਤ ਵਿਗਿਆਨ ਹੈ, ਉਹਨਾਂ ਨੂੰ ਬ੍ਰਹਮ ਵਾਹਿਗੁਰੂ ਅਕਾਲ ਪੁਰਖ ਪਰਮੇਸ਼ਰ ਪ੍ਰਗਟ ਹੀ ਹੈ, ਐਸਾ ਉਹਨਾਂ ਨੂੰ ਵਿਗਿਆਨ ਹੈ। ਵਿਗਿਆਨ ਦੀ ਵਿਆਖਿਆ ਗੁਰੂ ਖਾਲਸਾ ਜੀ ਕਰ ਰਹੇ ਨੇ, ਇੱਕ ਗਿਆਨ ਹੁੰਦਾ ਇੱਕ ਵਿਗਿਆਨ ਹੁੰਦਾ। ਜਦੋਂ ਵਿਚਾਰ ਮਾਲਾ ਗ੍ਰੰਥ ਪੜ੍ਹੋਗੇ ਨਾ ਅਨਾਥ ਕਵੀ ਦਾ ਲਿਖਿਆ, ਤੇ ਉਹਦੇ ਵਿੱਚ ਦੋ ਚੀਜ਼ਾਂ ਆਉਂਦੀਆਂ, ਇੱਕ ਗਿਆਨ ਇੱਕ ਵਿਗਿਆਨ। ਗਿਆਨ ਹੁੰਦਾ ਇਹ ਥਿਊਰੀ ਪੜ੍ਹ ਲੈਣੀ, ਤੇ ਵਿਗਿਆਨ ਹੁੰਦਾ ਪ੍ਰੈਕਟੀਕਲ ਕਰ ਲੈਣਾ। ਜਿਵੇਂ ਸਕੂਲਾਂ ਦੇ ਵਿੱਚ ਸਾਇੰਸ ਦੇ ਦੋ ਤਰ੍ਹਾਂ ਦੇ ਪੀਰੀਅਡ ਹੁੰਦੇ ਨੇ, ਇੱਕ ਥਿਊਰੀ ਪੜ੍ਹਾਉਂਦੇ ਨੇ ਇੱਕ ਪ੍ਰੈਕਟੀਕਲ ਕਰਾਉਂਦੇ ਨੇ, ਇਹ ਨੰਬਰ ਵੀ ਅੱਡੋ ਅੱਡੇ ਹੁੰਦੇ ਨੇ।
ਇਸੇ ਤਰ੍ਹਾਂ ਕਈ ਗਿਆਨੀ ਹੁੰਦੇ ਨੇ, ਉਹ ਥਿਊਰੀ ਪੜ੍ਹ ਲੈਂਦੇ ਨੇ, ਗ੍ਰੰਥ ਦੇ ਬੜੇ ਪੜ੍ਹ ਲੈਂਦੇ ਨੇ, ਪਰ ਗੁਰੂ ਖਾਲਸਾ ਜੀ ਵਿੱਚੋਂ ਤੱਤ ਨੂੰ ਨਹੀਂ ਜਾਣਦੇ। ਤੇ ਕਈ ਗਿਆਨੀ ਹੁੰਦੇ ਨੇ ਵੀ ਥੋੜਾ ਪੜ੍ਹ ਕੇ ਇਹਦੇ ਵਿੱਚੋਂ ਤੱਤ ਨੂੰ ਜਾਣ ਲੈਂਦੇ ਨੇ, ਉਹ ਵਿਗਿਆਨੀ ਮਹਾਂਪੁਰਖ ਹੁੰਦੇ ਨੇ, ਉਹਨਾਂ ਨੂੰ ਸੁਗਿਆਨੀ ਮਹਾਂਪੁਰਖ ਕਹਿੰਦੇ ਨੇ, ਉਹਨਾਂ ਨੂੰ ਦ੍ਰਿੜ ਬ੍ਰਹਮ ਗਿਆਨੀ ਮਹਾਂਪੁਰਖ ਕਹਿੰਦੇ ਨੇ, ਉਹਨਾਂ ਨੂੰ ਪੱਕਾ ਬ੍ਰਹਮ ਗਿਆਨ ਹੋ ਜਾਂਦਾ ਹੈ ਤੇ ਉਹਨਾਂ ਨੂੰ ਬ੍ਰਹਮ ਪ੍ਰਗਟ ਹੋ ਜਾਂਦਾ ਹੈ। ਜਿਵੇਂ ਗੁਰੂ ਖਾਲਸਾ ਜੀ ਗੁਰਪ੍ਰਤਾਪ ਸੂਰਜ ਗ੍ਰੰਥ ਵਿੱਚ ਕਵੀ ਸੰਤੋਖ ਸਿੰਘ ਜੀ ਨੇ ਭਾਈ ਰਾਮ ਕੋਇਰ ਸਾਹਿਬ ਜੀ ਦੀ ਵਿਆਖਿਆ, ਉਹਨਾਂ ਦੇ ਅਵਸਥਾ ਦੀ ਵਿਆਖਿਆ ਕੀਤੀ ਹੈ। ਉਹ ਕਹਿੰਦੇ ਨੇ ਜਿਵੇਂ ਹੱਥ ਦੀ ਹਥੇਲੀ ਦੇ ਉੱਤੇ ਔਲਾ ਰੱਖਿਆ ਹੋਵੇ ਤੇ ਜਿੱਧਰੋਂ ਦੇਖੀਏ ਉਧਰੋਂ ਹੀ ਉਹ ਬਰਾਬਰ ਦਾ ਹੀ ਦਿਸਦਾ ਹੈ, ਜੇ ਮੁੱਠੀ ਦੇ ਵਿੱਚ ਹੋਵੇ ਤੇ ਉਹ ਦਿਖਾਈ ਨਹੀਂ ਦਿੰਦਾ। ਇਸੇ ਤਰੀਕੇ ਨਾਲ ਜਿਹੜੇ ਆਪਾਂ ਏ, ਆਪਾਂ ਨੂੰ ਏਦਾਂ ਏ ਵੀ ਰੱਬ ਹੈ ਪਰ ਦਿਖਾਈ ਨਹੀਂ ਦਿੰਦਾ। ਹੈ ਦਾ ਗਿਆਨ ਤੋਂ ਹੈ ਪਰ ਰੱਬ ਕਿੱਥੇ ਹੈ, ਕੌਣ ਹੈ, ਇਹਦਾ ਗਿਆਨ ਨਹੀਂ। ਜਿਹੜੇ ਰੱਬ ਦੇ ਪਿਆਰੇ ਹੁੰਦੇ ਨੇ ਉਹਨਾਂ ਨੂੰ ਗਿਆਨ ਹੁੰਦਾ ਹੈ, ਜਿੱਦਾਂ ਹਥੇਲੀ ਦੇ ਰੱਖਿਆ ਔਲਾ ਦਿਖਦਾ ਹੈ, ਉਦਾਂ ਨੂੰ ਉਹਨਾਂ ਨੂੰ ਗਿਆਨ ਹੁੰਦਾ ਹੈ ਕਿ ਮਨ ਤੂੰ ਜੋਤ ਸਰੂਪ ਹੈ ਆਪਣਾ ਮੂਲ ਪਛਾਣ, ਮਨ ਹਰ ਜੀ ਤੇਰੇ ਨਾਲ ਹੈ ਗੁਰਮਤੀ ਰੰਗ ਮਾਨ, ਐਸਾ ਉਹਨਾਂ ਨੂੰ ਬ੍ਰਹਮ ਗਿਆਨ ਹੁੰਦਾ ਹੈ। ਸੋ ਸਾਹਿਬ ਜੀ ਕਹਿੰਦੇ ਬ੍ਰਹਮੇ ਦੀ ਫੌਜ ਨੂੰ ਐਸਾ ਬ੍ਰਹਮ ਗਿਆਨ ਹੈ। ਪਰਮਹੰਸ ਸਮਾਦ ਸਥਿਤ, ਮਹਾਰਾਜ ਸਾਹਿਬ ਜੀ ਕਹਿੰਦੇ ਵੀ ਜਿਹੜਾ ਵਾਹਨ ਹੈ ਨਾ ਬ੍ਰਹਮਾ ਜੀ ਦਾ, ਉਹਦਾ ਨਾਮ ਪਰਮਹੰਸ ਹੈ ਤੇ ਉਹ ਸਮਾਧੀ ਦੇ ਵਿੱਚ ਹੀ ਆਪਣੀ ਸੁਰਤ ਨੂੰ ਟਿਕਾ ਕੇ ਰੱਖਦਾ ਏ। ਯੋਗ ਧਿਆਨ ਸੁਜਾਨ ਹੈ, ਇਹ ਯੋਗੀਆਂ ਵਾਂਗੂ ਧਿਆਨ ਲਾ ਕੇ ਰੱਖਦਾ। ਯੋਗ ਧਿਆਨ, ਪਰਮੇਸ਼ਰ ਦੇ ਨਾਲ ਜੁੜਨ ਵਾਸਤੇ ਉਹ ਧਿਆਨ ਲਾ ਕੇ ਰੱਖਦਾ ਏ ਤੇ ਸੁਜਾਨ ਸਿਆਣਾ ਏ, ਉਹਨੂੰ ਯੋਗ ਧਿਆਨ ਦੀ ਅਵਸਥਾ ਪ੍ਰਾਪਤ ਹੈ। ਮਰਾਲ ਬੰਸ ਇਕਾਂਤ ਵਾਸੀ, ਕਹਿੰਦੇ ਹੰਸਾਂ ਦੀ ਬੰਸ ਦੇ ਵਿੱਚੋਂ ਇਹ ਇਕੱਲਾ ਹੀ ਰਹਿੰਦਾ ਹੈ ਜਿਹੜਾ ਪਰਮਹੰਸ ਹੈ ਨਾ। ਇੱਕ ਹੰਸ ਹੁੰਦਾ ਹੈ, ਇੱਕ ਪਰਮਹੰਸ ਹੁੰਦਾ ਹੈ। ਹੰਸ ਗੁਰੂ ਖਾਲਸਾ ਜੀ ਕੀ ਕਰਦੇ ਨੇ, ਉਹਨਾਂ ਦੀ ਚੁੰਝ ਦੇ ਵਿੱਚ ਖਟਿਆਈ ਹੁੰਦੀ ਹੈ ਤੇ ਉਹ ਦੁੱਧ ਦੇ ਵਿੱਚ ਚੁੰਝ ਮਾਰਦੇ ਨੇ ਤੇ ਦੁੱਧ ਦੀਆਂ ਬੋਟੀਆਂ ਨੂੰ ਖਾ ਲੈਂਦੇ ਨੇ ਤੇ ਪਾਣੀ ਨੂੰ ਛੱਡ ਦਿੰਦੇ ਨੇ ਤੇ ਮੋਤੀ ਚੁੱਕ ਕੇ ਮਾਨ ਸਰੋਵਰ ਤੋਂ ਖਾਂਦੇ ਨੇ। ਤੇ ਇਹਨਾਂ ਦੇ ਵਿੱਚੋਂ ਗੁਰੂ ਖਾਲਸਾ ਜੀ ਇੱਕ ਪਰਮਹੰਸ, ਇਹ ਪਰਮਹੰਸ ਬ੍ਰਹਮਾ ਜੀ ਦੇ ਬਾਣ ਦਾ ਨਾਮ ਹੈ ਤੇ ਇਹ ਅੰਤਰਮੁਖ, ਅੰਤਰ ਤੌਰ ਤੇ ਵੀ ਅੰਤਰਮੁਖ ਵੀ ਸੰਸਾਰ ਨੂੰ ਝੂਠਾ ਜਾਣ ਕਰਕੇ ਤਜ ਦਿੰਦਾ ਏ ਤੇ ਵਾਹਿਗੁਰੂ ਅਕਾਲ ਪੁਰਖ ਨੂੰ ਸੱਚਾ ਜਾਣ ਕਰਕੇ ਉਹਦੇ ਚਰਨਾਂ ਦਾ ਭੌਰਾ ਬਣੀ ਰਹਿੰਦਾ ਹੈ। ਇਹ ਪਰਮਹੰਸ ਦੀ ਵਿਆਖਿਆ ਹੈ। ਪਰਮਹੰਸ ਗੁਰੂ ਖਾਲਸਾ ਜੀ ਇੱਕ ਉਪਾਧੀ ਵੀ ਹੈ, ਨਿਰਮਲੇ ਮਹਾਂਪੁਰਖਾਂ ਦੇ ਵਿੱਚ ਇਹ ਉਪਾਧੀ ਦਿੱਤੀ ਜਾਂਦੀ ਹੈ। ਇਹ ਪਰਮਹੰਸ ਮਹਾਂਪੁਰਖ ਹੈ ਜਿਹੜਾ ਸੰਸਾਰ ਨੂੰ ਕਾਂ ਦੀ ਵਿਸ਼ਟਾ ਦੇ ਤੁਲ ਜਾਣ ਕੇ ਤਿਆਗ ਦੇਵੇ ਤੇ ਵਾਹਿਗੁਰੂ ਅਕਾਲ ਪੁਰਖ ਪਰਮੇਸ਼ਰ ਦੇ ਚਰਨਾਂ ਦਾ ਭੌਰਾ ਬਣ ਜਾਵੇ, ਉਹਨੂੰ ਪਰਮਹੰਸ ਕਹਿੰਦੇ ਨੇ। ਸੋ ਕਹਿੰਦੇ ਨੇ ਜਿਹੜਾ ਬ੍ਰਹਮਾ ਜੀ ਦਾ ਵਾਹਨ ਹੈ ਨਾ ਹੰਸ, ਉਹ ਕੱਲਾ ਹੰਸ ਨਹੀਂ ਹੈ, ਉਹ ਪਰਮਹੰਸ ਹੈ। ਹੰਸਾਂ ਦੀ ਬੰਸ ਵਿੱਚ ਪੈਦਾ ਹੋਇਆ ਹੈ ਪਰ ਉਹ ਇਕੱਲਾ ਹੀ ਰਹਿੰਦਾ ਹੈ। ਵਾਹਿਗੁਰੂ ਅਕਾਲ ਪੁਰਖ ਪਰਮੇਸ਼ਰ ਦੇ ਚਰਨਾਂ ਦਾ ਭੌਰਾ ਬਣ ਕੇ ਉਹ ਇਕਾਂਤ ਵਿੱਚ ਰਹਿੰਦਾ ਹੈ, ਕਿਉਂਕਿ ਜਿਹਨੇ ਵਾਹਿਗੁਰੂ ਦੇ ਨਾਲ ਸੁਰਤ ਲਾਉਣੀ ਹੈ ਉਹਨੂੰ ਇਕਾਂਤ ਹੋਣ ਦੀ ਲੋੜ ਹੈ ਤੇ ਉਹ ਇਕਾਂਤ ਹੋ ਕਰਕੇ ਵਸਦਾ ਏ। ਮਾਨ ਸਰੋਵਰ ਤੀਰ ਹੈ, ਕਹਿੰਦੇ ਜਿੱਥੇ ਮਾਨ ਸਰੋਵਰ ਹੈ ਉਹਦੇ ਕਿਨਾਰੇ ਦੇ ਉੱਪਰ ਉਹ ਭ੍ਰਮਣ ਕਰਦਾ ਏ। ਸੰਤ ਮੰਤ ਮਹਾਨ ਹੰਸਨ, ਮਹਾਰਾਜ ਸਾਹਿਬ ਜੀ ਕਹਿੰਦੇ ਨੇ ਵੀ ਮਹਾਨ ਹੰਸਨ ਮੈਨੇ ਪਰਮਹੰਸ, ਕਹਿੰਦੇ ਪਰਮਹੰਸ ਦਾ ਮਤਾ ਸੰਤਾਂ ਵਾਲਾ ਹੈ, ਸੰਤਾਂ ਵਾਲੀ ਉਹਦੀ ਬੁੱਧੀ ਹੈ, ਸੰਤਾਂ ਵਾਲਾ ਉਹਦਾ ਮਤਾ ਹੈ। ਅਨੰਨਯ ਭਗਤ ਸਤੀਰ ਹੈ, ਤੇ ਉਹ ਅਨੰਨਯ ਭਗਤ ਕਰਦਾ ਹੈ। ਅਨੰਨਯ ਭਗਤ ਹੁੰਦਾ ਹੈ ਵੀ ਇੱਕ ਵਾਹਿਗੁਰੂ ਤੋਂ ਬਿਨਾਂ ਹੋਰ ਦੂਜੇ ਨੂੰ ਜਾਣਨਾ ਹੀ ਨਾ, ਉਹਨੂੰ ਅਨੰਨ ਭਗਤ ਕਹਿੰਦੇ। ਜਿਵੇਂ ਮਹਾਰਾਜ ਕਹਿੰਦੇ ਪਾਏ ਗਏ ਜਬ ਤੇ ਤੁਮਰੇ ਤਬ ਤੇ ਕੋ ਆਂਖ ਤਰੇ ਨਹੀਂ ਆਨੀ। ਵਾਹਿਗੁਰੂ ਅਕਾਲ ਪੁਰਖ ਪਰਮੇਸ਼ਰ, ਜਦੋਂ ਦਾ ਮੈਂ ਤੇਰੇ ਚਰਨਾਂ ਦਾ ਭੌਰਾ ਬਣ ਗਿਆ ਏ,
ਉਦੋਂ ਤੋਂ ਲੈ ਕਰਕੇ ਹੁਣ ਤੱਕ ਮੈਂ ਕਿਸੇ ਨੂੰ ਆਪਣੀ ਅੱਖ ਦੇ ਹੇਠ ਨਹੀਂ ਲਿਆਂਦਾ। ਇਹ ਗੁਰੂ ਖਾਲਸਾ ਜੀ ਅਨੰਨ ਭਗਤੀ ਵਿਆਖਿਆ ਹੈ। ਤੋ ਸਾਹਿਬ ਜੀ ਕਹਿੰਦੇ ਨੇ ਵੀ ਪਰਮਹੰਸ ਜਿਹੜਾ ਉਹ ਅਨੰਨ ਭਗਤ ਹੈ, ਉਹ ਬ੍ਰਹਮੇ ਦੀ ਭਗਤੀ ਕਰਦਾ ਹੈ, ਇਹ ਸਧੀਰ ਕਹੀਏ ਧੀਰਜ ਵਾਲਾ ਹੈ। ਬ੍ਰਹਮ ਲੋਕ ਬਸੰਤ ਨਿਸ ਦਿਨ, ਇਹ ਬ੍ਰਹਮ ਲੋਕ ਦੇ ਵਿੱਚ ਰਾਤ ਦਿਨ ਰਹਿੰਦਾ ਏ, ਬ੍ਰਹਮਾ ਜੀ ਦੀ ਆਗਿਆ ਵਿੱਚ। ਧਰਤ ਧਿਆਨ ਪ੍ਰਜਾਪਤੰਗ, ਪ੍ਰਜਾਪਤੰਗ ਕਹਿੰਦੇ ਬ੍ਰਹਮੇ ਨੂੰ, ਤੇ ਬ੍ਰਹਮੇ ਦਾ ਧਿਆਨ ਧਾਰ ਛੱਡਦਾ ਏ, ਕਲਿਆ ਬ੍ਰਹਮੇ ਦੇ ਅੱਗੇ ਹੱਥ ਜੋੜ ਕੇ ਬੈਠਾ ਰਹਿੰਦਾ ਏ ਵੀ ਪਤਾ ਨੀ ਬ੍ਰਹਮੇ ਨੇ ਕਦੋਂ ਆਗਿਆ ਕਰਨੀ ਹੈ ਤੇ ਮੈਂ ਉਹਦੀ ਆਗਿਆ ਦਾ ਪਾਲਣ ਕਰਾਂ। ਕਲਿਆਣ ਰੂਪ ਆਨੰਦ ਨਿਸ ਦਿਨ, ਤੇ ਫਿਰ ਕਹਿੰਦੇ ਜਿਹੜਾ ਵਾਹਿਗੁਰੂ ਅਕਾਲ ਪੁਰਖ ਪਰਮੇਸ਼ਰ ਕਲਿਆਣ ਸਰੂਪ ਹੈ, ਸਾਰਿਆਂ ਦੀ ਕਲਿਆਣ ਕਰਨ ਵਾਲਾ ਹੈ, ਆਨੰਦ ਸਰੂਪ ਹੈ, ਰਾਤ ਦਿਨ ਜੋ ਆਨੰਦ ਵਿੱਚ ਰਹਿੰਦਾ ਵਾਹਿਗੁਰੂ ਅਕਾਲ ਪੁਰਖ ਪਰਮੇਸ਼ਰ। ਵਿਦਤ ਬ੍ਰਹਮ ਅਨੰਨ ਮਤੰ, ਤੇ ਉਹ ਵਾਹਿਗੁਰੂ ਅਕਾਲ ਪੁਰਖ ਪਰਮੇਸ਼ਰ ਪਰਮਹੰਸ ਦੇ ਹਿਰਦੇ ਵਿੱਚ ਪ੍ਰਗਟ ਹੈ, ਧਿਆਨ ਉਹ ਬ੍ਰਹਮੇ ਦਾ ਲਾ ਕੇ ਰੱਖਦਾ ਹੈ ਪਰ ਵਾਹਿਗੁਰੂ ਅਕਾਲ ਪੁਰਖ ਪਰਮੇਸ਼ਰ ਉਹਦੇ ਹਿਰਦੇ ਵਿੱਚ ਪ੍ਰਗਟ ਹੈ ਤੇ ਅਨੰਨ ਮਤੰ, ਐਸਾ ਉਹ ਅਨੰਨ ਕਹੀਏ ਇੱਕ ਵਾਹਿਗੁਰੂ ਅਕਾਲ ਪੁਰਖ ਪਰਮੇਸ਼ਰ ਦਾ ਧਿਆਨ ਹਿਰਦੇ ਚ ਰੱਖਣਾ, ਐਸਾ ਉਹਨੇ ਮਤ ਧਾਰਨ ਕੀਤਾ ਹੋਇਆ ਹੈ ਜਿਹਦੇ ਹਿਰਦੇ ਵਿੱਚ ਵਾਹਿਗੁਰੂ ਅਕਾਲ ਪੁਰਖ ਪਰਮੇਸ਼ਰ ਦੇ ਨਾਮ ਦਾ ਪ੍ਰਗਾਸ ਹੋਵੇ ਨਾ, ਉਹ ਫਿਰ ਕਹਿੰਦਾ ਆਗਿਆ ਸਮ ਨਹੀਂ ਸਾਹਿਬ ਸੇਵਾ, ਆਗਿਆ ਸਮ ਨਹੀਂ ਸਾਹਿਬ ਸੇਵਾ, ਤੇ ਉਹ ਫਿਰ ਆਪਣੇ ਮਾਲਕ ਦੀ ਆਗਿਆ ਨੂੰ ਪਾਲਦਾ ਹੈ। ਉਹ ਕਹਿੰਦਾ ਇਹੋ ਹੀ ਸੇਵਾ ਰੱਬ ਦੀ ਹੈ ਜਿਹੜੀ ਮਾਲਕ ਦੀ ਸੇਵਾ ਕਰ ਲਈ, ਮਾਲਕ ਦੀ ਆਗਿਆ ਮੰਨ ਲਈ। ਇਸ ਵਾਸਤੇ ਉੱਪਰ ਸਾਹਿਬ ਜੀ ਕਹਿੰਦੇ ਆ ਵੀ ਬ੍ਰਹਮਾ ਦਾ ਧਿਆਨ ਰੱਖਦਾ ਏ, ਉਹਦੀ ਆਗਿਆ ਵਿੱਚ ਰਹਿੰਦਾ ਏ ਤੇ ਹਿਰਦੇ ਵਿੱਚ ਵਾਹਿਗੁਰੂ ਅਕਾਲ ਪੁਰਖ ਪਰਮੇਸ਼ਰ ਪ੍ਰਗਟ ਹੈ। ਨਿਰਗੁਣ ਸਭ ਰੂਪ ਬੈਕੁੰਠ ਵਾਸੀ, ਫਿਰ ਮਹਾਰਾਜ ਸਾਹਿਬ ਜੀ ਕਹਿੰਦੇ ਨੇ ਵੀ ਪਰਮਹੰਸ ਦੇ ਵੀ ਦੋ ਰੂਪ ਨੇ, ਇੱਕ ਨਿਰਗੁਣ ਸਰੂਪ ਤੇ ਇੱਕ ਸਰਗੁਣ ਸਰੂਪ। ਨਿਰਗੁਣ ਸਰੂਪ ਕਰਕੇ ਉਹ ਬੈਕੁੰਠ ਵਿੱਚ ਵੱਸਦਾ ਏ, ਵਾਹਿਗੁਰੂ ਅਕਾਲ ਪੁਰਖ ਪਰਮੇਸ਼ਰ ਦਾ ਧਿਆਨ ਹਿਰਦੇ ਵਿੱਚ ਧਾਰ ਕਰਕੇ। ਰਹਿਤ ਤਿਰਗੁਣ ਉਪਾਦ ਹੈ, ਮਹਾਰਾਜ ਕਲਗੀਧਰ ਪਾਤਸ਼ਾਹ ਕਹਿੰਦੇ ਨੇ ਫਿਰ ਤਿੰਨਾਂ ਗੁਣਾਂ ਤੋਂ, ਤਿੰਨਾਂ ਗੁਣਾਂ ਕਰਕੇ ਆਦੀ ਵਿਆਦੀ ਉਪਾਧੀ ਜਿਹੜੇ ਝਗੜੇ ਆਉਂਦੇ ਨੇ, ਇਹਨਾਂ ਝਗੜਿਆਂ ਤੋਂ ਉਹ ਰਹਿਤ ਰਹਿੰਦਾ ਹੈ। ਨਿਰਮਲ ਪਵਿੱਤਰ ਪੁਨੀਤ ਪਾਵਨ, ਫਿਰ ਮਹਾਰਾਜ ਕਹਿੰਦੇ ਨੇ ਵੀ ਨਿਰਮਲ ਮਾਇਲ ਤੋਂ ਰਹਿਤ, ਮਲ ਤੇ ਵਿਖੇਪ ਚੰਚਲਤਾ ਤੋਂ ਰਹਿਤ, ਜਨਮਾਂ ਜਨਮਾਂਤਰਾਂ ਦੀ ਮੈਲ ਤੇ ਵਿਖੇਪ ਤੋਂ ਰਹਿਤ ਹੋਵੇ ਉਹਨੂੰ ਨਿਰਮਲ ਕਹਿੰਦੇ ਆ। ਪਵਿੱਤਰ ਪੁਨੀਤ ਤੇ ਪਾਵਨ ਇਹ ਤਿੰਨ ਸ਼ਬਦ ਨੇ, ਮਨ ਕਰਕੇ ਕਹਿਣਾ ਏ ਪਵਿੱਤਰ, ਫਿਰ ਤਨ ਕਰਕੇ ਪੁਨੀਤ, ਫਿਰ ਬਾਣੀ ਕਰਕੇ ਜੋ ਪਾਵਨ ਹੈ। ਅਜਰ ਰਹਿਤ ਬਿਆਦ ਹੈ, ਅਜਰ ਕਹਿੰਦੇ ਨੇ ਰੋਗਾਂ ਤੋਂ ਵਡੇਪੇ ਤੋਂ ਰਹਿਤ ਹੈ, ਤੇ ਅਜਰ ਰਹਿਤ ਰਹਿਤ ਬਿਆਦ ਹੈ, ਇਸ ਤਰੀਕੇ ਨਾਲ ਰਹਿਤ ਨੂੰ ਦਿਲੀ ਦੀਪ ਕਰ ਲੈਣਾ, ਜੋ ਵਡੇਪੇ ਤੋਂ ਰਹਿਤ ਹੈ ਤੇ ਰਹਿਤ ਬਿਆਦ ਹੈ, ਤੇ ਜੋ ਗੁਰੂ ਖਾਲਸਾ ਜੀ ਬਿਮਾਰੀ ਤੋਂ ਰਹਿਤ, ਦਿਲੀ ਦੀਪਕ ਦੀ ਵੀ ਲੋੜ ਨਹੀਂ, ਅਜਰ ਮੈਨੇ ਬੁਢੇਪੇ ਤੋਂ ਰਹਿਤ, ਤੇ ਜੋ ਬਿਮਾਰੀ ਤੋਂ ਰਹਿਤ ਵਾਹਿਗੁਰੂ ਅਕਾਲ ਪੁਰਖ ਪਰਮੇਸ਼ਰ ਹੈ ਉਹਦੇ ਚਰਨਾਂ ਦੇ ਵਿੱਚ ਆਪਣਾ ਧਿਆਨ ਟਿਕਾ ਕਰਕੇ, ਤੇ ਪਰਮਹੰਸ ਨਿਰਗੁਣ ਸਰੂਪ ਦੇ ਵਿੱਚ ਵੀ ਨਿਰਮਲ ਪਵਿੱਤਰ ਤੇ ਅਜਰ ਤੇ ਬਿਮਾਰੀ ਆਦਿਕ ਤੋਂ ਰਹਿਤ ਰਹਿੰਦਾ ਹੈ। ਧਰਤ ਸਰਗੁਣ ਰੂਪ ਜਬ ਕਬ, ਤੇ ਜਦੋਂ ਮਹਾਰਾਜ ਸਾਹਿਬ ਜੀ ਕਹਿੰਦੇ ਨੇ ਵੀ ਸਰਗੁਣ ਰੂਪ ਧਾਰਦਾ ਏ ਜਦੋਂ ਕਦੋਂ ਪਰਮਹੰਸ, ਬਸਤ ਮਾਨਸ ਕੁੰਡ ਹੈ, ਫਿਰ ਉਹ ਮਾਨਸ ਕੁੰਡ ਕਹੀਏ ਵੀ ਮਾਨ ਸਰੋਵਰ ਦੀ ਝੀਲ ਤੇ ਆ ਕੇ ਵੱਸਦਾ ਏ, ਨਿਰਗੁਣ ਸਰੂਪ ਕਰਕੇ ਉਹ ਬ੍ਰਹਮਾ ਦਾ ਵਾਹਨ ਬਣ ਕੇ ਰਹਿੰਦਾ ਹੈ। ਜੁਗਤ ਮੁਗਤਾ ਬੇਬਹਾ, ਬੇਬਹਾ ਮੈਨੇ ਬੇਅੰਤ ਹੀ, ਜਿਹਦਾ ਅੰਤੀ ਨਾ ਹੋਵੇ ਉਹਨੂੰ ਬੇਬਹਾ ਕਹਿੰਦੇ ਨੇ। ਕਹਿੰਦੇ ਨੇ ਉਹ ਜੇ ਮੋਤੀ ਫਿਰ ਸਰਗੁਣ ਸਰੂਪ ਧਾਰ ਕੇ ਤੇ ਮਾਨਸ ਝੀਲ ਤੋਂ ਮਾਨਸ ਸਰੋਵਰ ਤੋਂ ਛਕਦਾ ਏ। ਪਰਿਵਾਰ ਸਹਿਤ ਪ੍ਰਚੰਡ ਹੈ, ਆਪਣੇ ਪਰਿਵਾਰ ਦੇ ਸਮੇਤ ਤਿੱਖੇ ਪ੍ਰਤਾਪ ਵਾਲਾ ਰਹਿੰਦਾ ਹੈ। ਹੰਸ ਰਾਜ ਪੁਰਾਨ ਪੁਰਖੋ, ਮਹਾਰਾਜ ਸਾਹਿਬ ਜੀ ਹੋਰ ਗਹਿਰਾ ਜਾਂਦੇ,
महाराज कहंदे ने भी परमहंस ते प्राण पुरख वाहेगुरु अकाल पुरख च कोई फर्क ही नहीं। ये पुराणा विच भी शायद लिखिया होवे जिहड़ा परमहंस ब्रह्मे दा वाहन है वह वाहेगुरु अकाल पुरख परमेश्वरी रूप है। सब तो पहला कहंदे ने ब्रह्मा पैदा होया ते ब्रह्मे ने गुरु खालसा जी सृष्टि नूं पैदा कीता। नाना प्रकार की सृष्टि है ब्रह्मे तो पैदा हुई ना। ते ब्रह्मा जिहड़ा है वह कद ते बैठा है परमहंस ते ब्रह्मे नूं किहदा आसरा है परमहंस दा। ते सारी दुनिया के उपर सारिआं नूं आसरा किहदा है वाहिगुरु अकाल पुरख परमेश्वर दा। ते ब्रह्मे नूं भी वाहिगुरु अकाल पुरख दा ही आसरा है। इस वास्ते साहिब जी कहंदे ने मैं ते जानदा है कि परमहंस वाहिगुरु अकाल पुरख परमेश्वरी है। आखू सतनाम श्री वाहिगुरु कैसी महाराज ने वड्याई दित्ती है। कहंदे ने ब्रह्मा परमहंस ते बैठा है ते परमहंस वाहिगुरु अकाल पुरख परमेश्वरी है। क्योंकि वाहिगुरु अकाल पुरख परमेश्वर तो बिना नहीं ना कुछ भी। जिवें साहिब जी ने जपजी साहिब च कहा धौल धर्म दया का पूत। कहिंदे धरती दे हेठां इक बलद है ते उहदे आसरे धरती खड़ी है। ते साहिब बाबा नानक जी कहण लगे भी बलद बुलद कोई नहीं है धर्म ही है। धर्म दे आसरे साहिब जी कहिंदे ने इह धरती टिकी होई है ते उह दया दा पुत्र है। दया तो धर्म पैदा हुंदा है। इदां कहंदे ने कि एक ब्रह्मा है ते ब्रह्मे ने इस संसार नूं पैदा कीता। ते महाराज साहिब जी हुण जो वेदां दा वेदांत मत है उहदे अनुसार कहंदे ने ओंकार ब्रह्मा उत्पत्त। उह ब्रह्मा आदिक ने सारे एक ओंकार तों ही पैदा होए ने। ते इस वास्ते कहंदे ने पीड़ा ब्रह्मे दे हेठां हंस हुंस कोई नहीं है। वह वाहेगुरु अकाल पुरख परमेश्वरी बैठा है। इस वास्ते परमहंस दा अर्थ पुराण पुरख जानना करो। सकल बपख बिराज हे महाराज साहिब जी कहंदे ने जिहड़ा बप कहिए शरीर ते ख कहिए विच बपख इस तरह इहदा अर्थ है जो सारे शरीरां दे विच विराजदा है ना वाहेगुरु अकाल पुरख परमेश्वर। मैं ते समझदा है कि ब्रह्मे दे हेठां जिहड़ा परमहंस है ओही वाहेगुरु अकाल पुरख है जिन्हें ब्रह्मे नूं आसरा दिता होया है। सत सील सुभाव साधु वाहेगुरु अकाल पुरख परमेश्वर जो सच्चा है जो सील कहिए ठंडे सुभाव वाला है ते जो साधु सुभाव वाला है ब्रह्म पूर्ण राज ही ते ओही परमहंस बन करके ते ब्रह्मे दे हेठां विराजमान हो रहा है। जग उदित विदित प्रचंड पंचन साहिब जी कहंदे ने जिहदे तो सारा जगत प्रगट होया है। उदित मैने प्रगट ते विदित प्रचंड पंचन ते वड्डे वड्डे पंछी जिहदे तो पैदा होए ने ना परमहंस नूं गुरु खालसा जी पंछी राज कहंदे। उहनां दे कहंदे ने भी गरड़ पंछियां दा राजा है भगवान विष्णु दी सवारी करके। पर सब तो पहला ब्रह्मा पैदा होया ते ब्रह्मे दी सवारी की है हंस। इहनूं आदवाहन भी कहंदे ने भी जिन्नियां असवारियां ने सारियां असवारियां दी जो मूल है जो वाहन राज है ਉਹਨੂੰ ਆਦ ਵਾਹਨ ਕਹਿੰਦੇ ਨੇ ਉਹਨੂੰ ਕਹਿੰਦੇ ਨੇ ਹੰਸ ਵਾਹਨ। ਤੋ ਸਾਹਿਬ ਜੀ ਕਹਿੰਦੇ ਨੇ ਵੀ ਜਿੰਨੇ ਪੰਛੀ ਪੈਦਾ ਹੋਏ ਹੈ ਨਾ ਉਹਨਾਂ ਸਾਰਿਆਂ ਪੰਛੀਆਂ ਦਾ ਰਾਜਾ ਕੌਣ ਹੈ ਹੰਸ ਤੇ ਜਿਹਦੇ ਤੋਂ ਸਾਰੇ ਹੀ ਪੰਛੀ ਪ੍ਰਗਟ ਹੋਏ ਨੇ। ਹੰਸ ਰਾਜਨ ਰਾਜ ਹੈ ਹੰਸ ਰਾਜਨ ਦਾ ਅਰਥ ਪਰਮ ਹੰਸ ਉਹੀ ਬ੍ਰਹਮੇ ਦੇ ਥੱਲੇ ਵਿਰਾਜਦਾ ਪਿਆ ਹੈ ਵਾਹਿਗੁਰੂ ਅਕਾਲ ਪੁਰਖ ਪਰਮੇਸ਼ਰੀ। ਮਰਾਲ ਬੰਸ਼ ਉਦੋਤ ਉੱਤਮ ਮਹਾਰਾਜ ਸਾਹਿਬ ਜੀ ਕਹਿੰਦੇ ਨੇ ਮਰਾਲ ਹੰਸਾਂ ਦੀ ਬੰਸ਼ ਦੇ ਵਿੱਚੋਂ ਉੱਤਮ ਹੈ ਤੇ ਅਦੋਤ ਕਹੀਏ ਪ੍ਰਗਟ ਪ੍ਰਗਟ ਹੀ ਜਾਂ ਹੰਸਾਂ ਦੀ ਬੰਸ਼ ਦੇ ਵਿੱਚੋਂ ਉੱਤਮ ਇਹ ਪਰਮ ਹੰਸ ਪ੍ਰਗਟ ਹੋਇਆ ਏ। ਪੁਰਾਨ ਪੁਰਖ ਬਿਰਾਜ ਹੈ ਸਾਹਿਬ ਜੀ ਕਹਿੰਦੇ ਮੈਂ ਤੇ ਇਹ ਗੱਲ ਜਾਣਦਾ ਏ ਕਿ ਵਾਹਿਗੁਰੂ ਅਕਾਲ ਪੁਰਖ ਪਰਮੇਸ਼ਰੀ ਵਿਰਾਜਦਾ ਏ ਹੋਰ ਕੁਝ ਨਹੀਂ ਹੈ। ਉਹੀ ਵਾਹਿਗੁਰੂ ਅਕਾਲ ਪੁਰਖ ਪਰਮੇਸ਼ਰ ਨੂੰ ਪਰਮ ਹੰਸ ਕਹਿੰਦੇ ਨੇ
ਉਹਨੂੰ ਹੀ ਕਹਿੰਦੇ ਨੇ ਬੰਸਾਂ ਦੀ ਬੰਸ ਦੇ ਵਿੱਚੋਂ ਪ੍ਰਗਟ ਹੋਇਆ। ਧਰਤ ਨਾਨਾ ਰੂਪ ਪੁਰਖ, ਤੇ ਉਹੀ ਪ੍ਰਾਣ ਪੁਰਖ ਜਿਹਨੂੰ ਪਰਮਹੰਸ ਕਹਿੰਦੇ ਨੇ, ਉਹੀ ਨਾਨਾ ਪ੍ਰਕਾਰ ਦੇ ਰੂਪ ਧਾਰਨ ਕਰਦਾ ਏ। ਬ੍ਰਹਮ ਬਸਤ ਸਮਸਤ ਹੈ, ਸਾਹਿਬ ਜੀ ਕਹਿੰਦੇ ਨੇ ਉਹੀ ਬ੍ਰਹਮ ਸਾਰਿਆਂ ਦੇ ਵਿੱਚ ਵਸਦਾ ਪਿਆ ਏ। ਪੰਚ ਭੂਤ ਪ੍ਰਕਾਸ਼ ਜਸ, ਵਾਹਿਗੁਰੂ ਅਕਾਲ ਪੁਰਖ ਪਰਮੇਸ਼ਵਰ ਤੋਂ ਪੰਜ ਤੱਤ ਪੈਦਾ ਹੋਏ, ਕਿਉਂਕਿ ਪੁਰਾਣਾਂ ਵਿੱਚ ਲਿਖਿਆ ਏ ਵਾਹਿਗੁਰੂ ਅਕਾਲ ਪੁਰਖ ਪਰਮੇਸ਼ਵਰ ਨੇ ਮਾਇਆ ਦੇ ਵਿੱਚ ਚੇਤਨ ਸੱਤਾ ਪਾਈ, ਉਹਦੇ ਤੋਂ ਬ੍ਰਹਮਾ ਸ਼ਿਵ ਤੇ ਵਿਸ਼ਨੂੰ ਪੈਦਾ ਹੋਏ, ਉਹਨਾਂ ਨੇ ਸੰਸਾਰ ਪੈਦਾ ਕੀਤਾ। ਪਰ ਜਿਹੜੇ ਵੇਦਾਂਤ ਦੇ ਗ੍ਰੰਥ ਨੇ, ਉਪਨਿਸ਼ਦਾਂ ਨੇ, ਵੇਦ ਨੇ, ਉਹਨਾਂ ਵਿੱਚ ਐਸਾ ਲਿਖਿਆ ਏ ਵੀ ਵਾਹਿਗੁਰੂ ਅਕਾਲ ਪੁਰਖ ਪਰਮੇਸ਼ਵਰ ਨੇ ਮਾਇਆ ਵਿੱਚ ਜਾਂ ਚੇਤਨ ਸੱਤਾ ਪਾਈ, ਉਹਦੇ ਤੋਂ ਅੱਗੇ ਪੰਜ ਤੱਤ ਪੈਦਾ ਹੋਏ ਤੇ ਪੰਜਾਂ ਤੱਤਾਂ ਤੋਂ ਸਾਰੇ ਸੰਸਾਰ ਦੀ ਰਚਨਾ ਹੋਈ। ਉਹਦੇ ਵਿੱਚੋਂ ਰਜੋ ਸਤੋ ਤੇ ਤਮੋ ਤਿੰਨ ਗੁਣ ਪੈਦਾ ਹੋਏ, ਜਿਹਨੂੰ ਪ੍ਰਾਣਾਂ ਵਿੱਚ ਬ੍ਰਹਮਾ ਵਿਸ਼ਨੂੰ ਤੇ ਸ਼ਿਵ ਕਰਕੇ ਲਿਖਿਆ ਹੈ। ਤੋ ਮਹਾਰਾਜ ਸਾਹਿਬ ਜੀ ਕਹਿੰਦੇ ਨੇ ਵੀ ਉਹੀ ਪ੍ਰਾਣ ਪੁਰਖ ਹੈ ਤੇ ਉਹੀ ਪਰਮਹੰਸ ਹੈ ਤੇ ਉਹਦੇ ਤੋਂ ਹੀ ਪੰਜੇ ਤੱਤ ਪ੍ਰਗਟ ਹੋਏ ਨੇ। ਦੇਹ ਨਾਨਤਵ ਅਸਤ ਹੈ, ਦੇਹ ਨਾਨਤਵ ਅਸਤ ਹੈ, ਅਸਤ ਮੈਨੇ ਝੂਠੀ, ਤੇ ਨਾਨਤਵ ਮੈਨੇ ਨਾਨਾ ਪ੍ਰਕਾਰ ਦੀਆਂ ਜਿਹੜੀਆਂ ਦੇਹਾਂ ਨੇ ਝੂਠੀਆਂ, ਕਾਰਨ ਦੇ ਹੈ, ਸਥੂਲ ਦੇ ਹੈ, ਸੂਖਸ਼ਮ ਦੇ ਹੈ। ਇਹ ਗੁਰੂ ਖਾਲਸਾ ਜੀ ਕਲਗੀਧਰ ਦਾ ਸਿਧਾਂਤ ਸਮਝਣਾ ਹੋਵੇ ਨਾ ਤੇ ਆਪਾਂ ਨੂੰ ਅਧਿਆਤਮਵਾਦ ਦੇ ਗ੍ਰੰਥ ਪੜ੍ਹਨੇ ਪੈਣਗੇ, ਅਧਿਆਤਮ ਪ੍ਰਕਾਸ਼ ਪੜ੍ਹਨਾ ਪਵੇਗਾ, ਵਿਚਾਰ ਚੰਦਰੋਦੈ ਵਿਚਾਰ ਸਾਗਰ ਘੱਟੋ ਘੱਟ ਪੜ੍ਹਿਆ ਹੋਵੇ ਤੇ ਫਿਰ ਇਹ ਪਤਾ ਲੱਗੇਗਾ ਵੀ ਕਾਰਨ ਤੇ ਸੂਖਮ ਤੇ ਸਥੂਲ ਇਹ ਤਿੰਨ ਦੇਹਾਂ ਕਿਹੜੀਆਂ ਨੇ। ਸੋ ਮਹਾਰਾਜ ਸਾਹਿਬ ਜੀ ਕਹਿੰਦੇ ਨੇ ਨਾਨਾ ਪ੍ਰਕਾਰ ਦੀਆਂ ਦੇਹਾਂ ਨੇ, ਕਿਸੇ ਦਾ ਮਨ ਹੋਰ ਤਰ੍ਹਾਂ ਦਾ ਏ, ਦੂਸਰੇ ਦਾ ਮਨ ਹੋਰ ਤਰ੍ਹਾਂ ਦਾ ਏ, ਕਿਸੇ ਦਾ ਗੁਰੂ ਖਾਲਸਾ ਜੀ ਮੜੰਗਾ ਵੀ ਨਹੀਂ ਰਲਦਾ। ਕਈ ਕਹਿੰਦੇ ਨੇ ਹਮ ਸ਼ਕਲ ਹੈ, ਇਹ ਹਮ ਸ਼ਕਲ ਹੋਣ ਪਰ ਸ਼ਕਲ ਸਾਰੀ ਨਹੀਂ ਰਲਦੀ, ਕਿਤੇ ਨਾ ਕਿਤੇ ਥੋੜਾ ਥੋੜਾ ਫਰਕ ਹੁੰਦਾ ਹੀ ਹੈ। ਸੋ ਸਾਹਿਬ ਜੀ ਕਹਿੰਦੇ ਨੇ ਵੀ ਵਾਹਿਗੁਰੂ ਅਕਾਲ ਪੁਰਖ ਤੋਂ ਇਹ ਪੰਜ ਤੱਤ ਪੈਦਾ ਹੋਏ ਤੇ ਉਹਦੇ ਤੋਂ ਹੀ ਨਾਨਾ ਪ੍ਰਕਾਰ ਦੀਆਂ ਦੇਹਾਂ ਜਿਹੜੀਆਂ ਝੂਠੀਆਂ ਨੇ, ਕਾਰਨ ਸੂਖਸ਼ਮ ਸਥੂਲ ਕਰਮਵਾਰ ਪੈਦਾ ਹੋਈਆਂ। ਸਹੀ ਆਤਮ ਪ੍ਰਾਨ ਪੁਰਖ, ਤੇ ਸਾਹਿਬ ਜੀ ਕਹਿੰਦੇ ਨੇ ਉਹੀ ਆਤਮਾ ਏ, ਫਿਰ ਤਿੰਨਾਂ ਦੇਹਾਂ ਦੇ ਵਿੱਚ ਇੱਕ ਆਤਮਾ ਏ ਤੇ ਉਹੀ ਪ੍ਰਾਨ ਪੁਰਖ ਤੋਂ ਹੀ ਪੈਦਾ ਹੋਈ ਏ ਆਤਮਾ ਏ, ਜਿਹੜੀ ਤਿੰਨਾਂ ਦੇਹਾਂ ਵਿੱਚ ਆਤਮਾ ਏ ਨਾ, ਸਹੀ ਆਤਮਾ, ਉਹ ਆਤਮਾ ਵੀ ਪ੍ਰਾਣ ਪੁਰਖ ਜਿਹਨੂੰ ਪਰਮਹੰਸ ਕਹਿੰਦੇ ਨੇ ਪੁਰਾਣਾਂ ਵਿੱਚੋਂ, ਉਹਦੇ ਤੋਂ ਹੀ ਪੈਦਾ ਹੋਈ ਹੈ। ਹੰਸ ਰੂਪ ਤਰੰਤ ਹੈ, ਮਹਾਰਾਜ ਕਹਿੰਦੇ ਮੈਂ ਤੇ ਜਾਣਦਾ ਹੈ ਕਿ ਇਹ ਪਰਮਹੰਸ ਨੇ, ਭਾਵ ਪ੍ਰਾਣ ਪੁਰਖ ਨੇ, ਇਹ ਸਾਰੇ ਰੂਪ ਧਾਰੇ ਨੇ। ਦੇਖੋ ਨਾ ਜੀ, ਬ੍ਰਹਮਿਆ ਕਹਿੰਦੇ ਪਰਮਹੰਸ ਤੇ ਬੈਠਾ ਹੈ, ਬ੍ਰਹਮੇ ਨੂੰ ਆਸਰਾ ਕਿਹਦਾ ਹੈ, ਪਰਮਹੰਸ ਦਾ। ਮਹਾਰਾਜ ਕਹਿੰਦੇ ਪਰਮਹੰਸ ਕੋਈ ਨੀ, ਵਾਹਿਗੁਰੂ ਅਕਾਲ ਪੁਰਖ ਹੀ ਹੈ ਜਿਹਨੇ ਬ੍ਰਹਮੇ ਨੂੰ ਆਸਰਾ ਦਿੱਤਾ ਹੋਇਆ ਹੈ। ਜਿਵੇਂ ਜਪਜੀ ਸਾਹਿਬ ਚ ਕਿਹਾ ਧੌਲ ਧਰਮ ਦਇਆ ਕਾ ਪੂਤ, ਧੌਲਾ ਬਲਦ ਕੋਈ ਨੀ ਧਰਮੀ ਹੈ, ਇੱਦਾਂ ਕਹਿੰਦੇ ਪਰਮਹੰਸ ਕੋਈ ਵੱਖਰਾ ਨਹੀਂ ਹੈ, ਵਾਹਿਗੁਰੂ ਅਕਾਲ ਪੁਰਖ ਪਰਮੇਸ਼ਰ ਹੀ ਹੈ। ਹੰਸੋ ਪ੍ਰਾਨ ਪੁਰਖ, ਮਹਾਰਾਜ ਸਾਹਿਬ ਜੀ ਕਹਿੰਦੇ ਨੇ ਇਹ ਹੰਸ ਪ੍ਰਾਨ ਪੁਰਖ ਦਾ ਰੂਪ ਹੈ, ਜਿਹਨੂੰ ਪਰਮਹੰਸ ਕਹਿੰਦੇ ਨੇ ਤੇ ਉਹੀ ਕਹਿੰਦੇ ਨੇ ਪ੍ਰਾਣ ਪੁਰਖ ਹੈ, ਕੋਈ ਫਰਕ ਨਹੀਂ ਹੈ। ਬ੍ਰਹਮ ਲੋਕ ਬਸੰਤ ਹੈ, ਤੇ ਬ੍ਰਹਮ ਲੋਕ ਦੇ ਵਿੱਚ ਵਾਹਿਗੁਰੂ ਅਕਾਲ ਪੁਰਖ ਪਰਮਹੰਸ ਰੂਪ ਹੋ ਕਰਕੇ ਵਸ ਰਿਹਾ ਏ। ਸਹੀ ਰੂਪੰ ਆਦ ਅਬਚਲ, ਮਹਾਰਾਜ ਸਾਹਿਬ ਜੀ ਕਹਿੰਦੇ ਉਸੇ ਪ੍ਰਾਣ ਪੁਰਖ ਦਾ ਆਦ ਕਹੀਏ ਸਭ ਤੋਂ ਪਹਿਲਾ ਸਰੂਪ ਹੈ, ਅਬਚਲ ਮੈਨੇ ਟਿਕਿਆ ਰਹਿਣ ਵਾਲਾ ਨਿਰਾਕਾਰ। ਕਰਤ ਸਗਨ ਬਿਲਾਸ ਹੈ, ਜਿਸ ਨਿਰਾਕਾਰ ਸਰੂਪ ਤੋਂ ਵਾਹਿਗੁਰੂ ਨੇ ਜਿੰਨੇ ਵੀ ਇਹ ਸਗੁਣ ਕਹੀਏ ਸਰਗੁਣ ਵਾਲੇ ਬਿਲਾਸ ਕਹੀਏ ਕੌਤਕ ਕੀਤੇ ਹਨ। ਓਅੰ ਲੋਕ ਬਿਲਾਸ ਬਿਲਸਤ, ਸਾਹਿਬ ਜੀ ਕਹਿੰਦੇ ਨੇ ਉਹੀ ਪਰਮਹੰਸ ਹੈ, ਉਹੀ ਪ੍ਰਾਣ ਪੁਰਖ ਹੈ ਜਿੰਨੇ ਆਪਣੇ ਮੁਖ ਤੋਂ ਓਅੰਕਾਰ ਕਹਿ ਕਰਕੇ ਤੇ ਇਹ ਲੋਕ ਬਣਾਏ, 14 ਲੋਕ ਰਚੇ ਤੇ 14 ਲੋਕਾਂ ਦੀ ਬਿਲਾਸ ਕਹੀਏ ਖੇਡ ਨੂੰ
ਫਿਰ ਬਿਲਸਤ ਮੈਨੇ ਖੇਡਣਾ ਕੀਤਾ ਸ਼ਬਦ ਬ੍ਰਹਮ ਪ੍ਰਕਾਸ਼ ਹੈ ਤੇ ਸ਼ਬਦ ਬ੍ਰਹਮ ਇਕੱਠਾ ਏ ਬ੍ਰਹਮ ਵਾਹਿਗੁਰੂ ਅਕਾਲ ਪੁਰਖ ਨੇ ਓਅੰਕਾਰ ਸ਼ਬਦ ਕਹਿ ਕਰਕੇ ਸਾਰੇ ਸੰਸਾਰ ਨੂੰ ਪ੍ਰਕਾਸ਼ ਕਹਿੰਦੇ ਪ੍ਰਗਟ ਕਰ ਦਿੱਤਾ ਓਅੰਕਾਰ ਬ੍ਰਹਮਾ ਉਤਪਤ ਓਅੰਕਾਰ ਕਹਿ ਕਰਕੇ ਸੰਸਾਰ ਨੂੰ ਪ੍ਰਗਟ ਕਰ ਦਿੱਤਾ ਤੇਈ ਕਰਤ ਰਚਨਾ ਜੀਵ ਜੰਤੰ ਤੇ ਕਹਿੰਦੇ ਉਸੇ ਨਿਰਾਕਾਰ ਨੇ ਹੀ ਫਿਰ ਨਾਨਾ ਪ੍ਰਕਾਰ ਦੇ ਜੀਆਂ ਜੰਤੂਆਂ ਦੀ ਰਚਨਾ ਕੀਤੀ ਚਤੁਰ ਮੁਖ ਸਹੰਸ ਹੈ ਤੇ ਉਹਨੇ ਹੀ ਚਵਾਂ ਮੂੰਹਾਂ ਵਾਲਾ ਬ੍ਰਹਮਾ ਤੇ ਫਿਰ ਸਹੰਸ ਕਹੀਏ ਹਜ਼ਾਰਾਂ ਮੂੰਹਾਂ ਵਾਲਾ ਬ੍ਰਹਮਾ ਕਿਉਂਕਿ ਮਹਾਰਾਜ ਕਲਗੀਧਰ ਪਾਤਸ਼ਾਹ ਜੀ ਨੇ ਦਸਮ ਬਾਣੀ ਵਿੱਚ ਵੀ ਲਿਖਿਆ ਹੈ ਸਹਿਸ ਮੁਖਨ ਕੋ ਬ੍ਰਹਮਾ ਦੀਖਾ ਤਉ ਨਾ ਤੁਮਰੋ ਅੰਤ ਵਸੇਖਾ ਵੀ ਹਜ਼ਾਰਾਂ ਮੂੰਹਾਂ ਵਾਲਾ ਬ੍ਰਹਮਾ ਵੀ ਵੇਖਿਆ ਹੈ ਬ੍ਰਹਮੇ ਵੀ ਕਈ ਨੇ ਕਿਸੇ ਬ੍ਰਹਿਮੰਡ ਦਾ ਬ੍ਰਹਮਾ ਚਾਰ ਮੂੰਹਾਂ ਵਾਲਾ ਹੈ ਕਿਸੇ ਬ੍ਰਹਿਮੰਡ ਦਾ ਬ੍ਰਹਮਾ ਹਜ਼ਾਰ ਮੂੰਹਾਂ ਵਾਲਾ ਹੈ ਕਿਸੇ ਦਾ ਸਾਹਿਬ ਜੀ ਕਹਿੰਦੇ ਆ ਕਿੰਨੇ ਮੂੰਹਾਂ ਵਾਲਾ ਹੈ ਸਾਹਿਬ ਜੀ ਕਹਿੰਦੇ ਹਜ਼ਾਰ ਮੂੰਹਾਂ ਵਾਲਾ ਬ੍ਰਹਮਾ ਵੀ ਵੇਖਿਆ ਤੇ ਉਹਨੇ ਵੀ ਤੇਰੇ ਅੰਤ ਨੂੰ ਨਹੀਂ ਪਾਉਣਾ ਕੀਤਾ ਤੋ ਸਹੰਸ ਦਾ ਅਰਥ ਸ਼ੇਸ਼ਨਾਗ ਵੀ ਕਰ ਲੈਂਦੇ ਨੇ ਤੇ ਚਾਰ ਮੂੰਹਾਂ ਵਾਲਾ ਬ੍ਰਹਮਾ ਤੇ ਹਜ਼ਾਰਾਂ ਮੂੰਹਾਂ ਵਾਲਾ ਸ਼ੇਸ਼ਨਾਗ ਜਿਹੜਾ ਹੈ ਉਸੇ ਵਾਹਿਗੁਰੂ ਅਕਾਲ ਪੁਰਖ ਤੋਂ ਪੈਦਾ ਹੋਇਆ ਕਰਤਾ ਪ੍ਰਜਾਪਤ ਵੇਦ ਨਾਇਕ ਜੋ ਸਾਰੇ ਸੰਸਾਰ ਦਾ ਕਰਤਾ ਹੈ ਪ੍ਰਜਾਪਤ ਜਿਹਨੂੰ ਪ੍ਰਜਾ ਦਾ ਪਤੀ ਬ੍ਰਹਮਾ ਕਹਿੰਦੇ ਨੇ ਤੇ ਵੇਦਾਂ ਦਾ ਨਾਇਕ ਜੋ ਰਾਜਾ ਹੈ ਪ੍ਰਤਾਸ਼ ਹਰ ਜੀ ਅੰਸ਼ ਹੈ ਉਹ ਵੀ ਪ੍ਰਤਿਆਸ਼ ਮੈਨੇ ਪ੍ਰਗਟ ਹਰ ਜੀ ਕਹੀਏ ਪ੍ਰਾਣ ਪੁਰਖ ਵਾਹਿਗੁਰੂ ਅਕਾਲ ਪੁਰਖ ਪਰਮੇਸ਼ਰ ਦੀ ਅੰਸ਼ ਹੀ ਹੈ ਮੈਂ ਤੇ ਸਮਝਦਾ ਏ ਵੀ ਉਹੀ ਪਰਮਹੰਸ ਪ੍ਰਾਣ ਪੁਰਖ ਵਾਹਿਗੁਰੂ ਹੈ ਤੇ ਉਹਨੇ ਹੀ ਬ੍ਰਹਮਾ ਆਦਿਕ ਨੂੰ ਪ੍ਰਗਟ ਕੀਤਾ ਏ ਧਰਤ ਰੂਪ ਅਨੇਕ ਬਹੁ ਬਹੁ ਤੇ ਮਹਾਰਾਜ ਸਾਹਿਬ ਜੀ ਕਹਿੰਦੇ ਨੇ ਏਦਾਂ ਜਿਹੜਾ ਉਹ ਪਰਮਹੰਸ ਹੈ ਨਾ ਕਾਲ ਪੁਰਖ ਉਹ ਨਾਨਾ ਪ੍ਰਕਾਰ ਦੇ ਰੂਪ ਧਾਰਦਾ ਏ ਬਹੁਤੇ ਸੋਈ ਬ੍ਰਹਮ ਸਵ ਰੂਪ ਹੈ ਉਹ ਬ੍ਰਹਮ ਦਾ ਹੀ ਸਰੂਪ ਹੈ ਇਸ ਗੱਲ ਵਿੱਚ ਭੇਦ ਨਾ ਮਾਨੋ ਨਹਿ ਭੇਦ ਬ੍ਰਹਮ ਹੰਸ ਮਾਨੋ ਮਹਾਰਾਜ ਸਾਹਿਬ ਜੀ ਕਹਿੰਦੇ ਨੇ ਬ੍ਰਹਮ ਵਾਹਿਗੁਰੂ ਅਕਾਲ ਪੁਰਖ ਦੇ ਵਿੱਚ ਤੇ ਪਰਮ ਹੰਸ ਦੇ ਵਿੱਚ ਭੇਦ ਨਾ ਮੰਨੋ ਇੱਕ ਹੀ ਹੈ ਦੋਨੋਂ ਕੋਈ ਪਰਮਹੰਸ ਵੱਖਰਾ ਨੀ ਇਹ ਵਾਹਿਗੁਰੂ ਅਕਾਲ ਪੁਰਖ ਦਾ ਹੀ ਨਾਮ ਹੈ ਏਕ ਜੋਤ ਸਵ ਰੂਪ ਹੈ ਮਹਾਰਾਜ ਸਾਹਿਬ ਜੀ ਕਹਿੰਦੇ ਨੇ ਜੋਤ ਵੀ ਇੱਕ ਹੈ ਤੇ ਸਰੂਪ ਵੀ ਇੱਕ ਹੀ ਮੰਨ ਲੋ ਏਕ ਜੋਤ ਸਵਰੂਪ ਹੈ ਇੱਕ ਜੋਤੀ ਹੈ ਤੇ ਦੋ ਸਰੂਪ ਮੰਨ ਲੈਣਾ ਕਰੋ ਕਹੀ ਬ੍ਰਹਮ ਪਾ ਕਹੀ ਹੰਸ ਪਵ ਮਹਾਰਾਜ ਸਾਹਿਬ ਜੀ ਕਹਿੰਦੇ ਨੇ ਕਿਧਰੇ ਬ੍ਰਹਮ ਹੋਇਆ ਇਹ ਪ੍ਰਾਣ ਪੁਰਖ ਪਰਮਹੰਸ ਤੇ ਕਿਧਰੇ ਉਸਨੇ ਹੰਸਾਂ ਵਾਲਾ ਰੂਪ ਧਾਰਨ ਕੀਤਾ ਹੋਇਆ ਏ ਭਾਵ ਮੈਨੇ ਹੋਇਆ ਏ ਤੇ ਕਹੀ ਇੱਥੇ ਕਹੀ ਬਣਾ ਲੈਣਾ ਕਰੋ ਸਭ ਦੇਹ ਮਹਾਪ੍ਰਚੰਡ ਹੈ ਇਹ ਸਾਰੀਆਂ ਦੇਹਾਂ ਦੇ ਵਿੱਚ ਵਾਹਿਗੁਰੂ ਅਕਾਲ ਪੁਰਖ ਪਰਮੇਸ਼ਰ ਪ੍ਰਚੰਡ ਰੂਪ ਹੋ ਕਰਕੇ ਵਿਰਾਜਦਾ ਪਿਆ ਏ ਪ੍ਰਾਣ ਪੁਰਖ ਸਮਸਤ ਬਪ ਮੈਂ ਤੇ ਪ੍ਰਾਣ ਪੁਰਖ ਵਾਹਿਗੁਰੂ ਅਕਾਲ ਪੁਰਖ ਸਾਰੇ ਹੀ ਬਪ ਕਹੀਏ ਸਰੀਰਾਂ ਵਿੱਚ ਹੰਸ ਰਾਜ ਪਰ ਅਖੰਡ ਹੈ ਤੇ ਹੰਸ ਰਾਜ ਵੀ ਪ੍ਰਾਣ ਪੁਰਖ ਦਾ ਹੀ ਨਾਮ ਹੈ ਅਖੰਡ ਕਹੀਏ ਇੱਕ ਰਸ ਜੋ ਪ੍ਰਾਣ ਪੁਰਖ ਹੰਸ ਰਾਜ ਹੈ ਉਹ ਸਾਰਿਆਂ ਵਿੱਚ ਵਿਰਾਜਦਾ ਪਿਆ ਏ ਧਰ ਰੂਪ ਧੂਪ ਅਮੇ ਉਜਾਗਰ ਸਾਹਿਬ ਜੀ ਕਹਿੰਦੇ ਨੇ ਵੀ ਰੂਪ ਧਾਰ ਕਰਕੇ ਨਾ ਧੂਪ ਵਰਗਾ ਸਫੈਦ ਉੱਜਲ ਤੇ ਅਮੇ ਉਜਾਗਰ ਤੇ ਅੰਮ੍ਰਿਤ ਵਾਂਗ ਪ੍ਰਗਟ ਹੈ ਜਿਵੇਂ ਸਮੁੰਦਰ ਮਥਨ ਤੇ ਅੰਮ੍ਰਿਤ ਪ੍ਰਗਟ ਹੋਇਆ ਸੀ ਤੇ ਏਦਾਂ ਸਾਹਿਬ ਜੀ ਕਹਿੰਦੇ ਆ ਵੀ ਇਹ ਗੱਲ ਮੈਂ ਰਿੜਕ ਕੇ ਤੇ ਪ੍ਰਗਟ ਕੀਤੀ ਹੈ ਪਰਮਹੰਸ ਜਿਹੜਾ ਏ ਉਹ ਵਾਹਿਗੁਰੂ ਅਕਾਲ ਪੁਰਖ ਦਾ ਹੀ ਨਾਮ ਹੈ ਆਖੂ ਸਤਨਾਮ ਸ੍ਰੀ ਵਾਹਿਗੁਰੂ ਇਹ ਗੱਲ ਮੈਂ ਰਿੜਕ ਕੇ ਕੱਢੀ ਹੈ ਇਹ ਨਿਚੋੜ ਕੱਢਿਆ ਮਹਾਰਾਜ ਕਲਗੀਧਰ ਪਾਤਸ਼ਾਹ ਜੀ ਨੇ ਤੇ ਇੱਥੇ ਲਿਖਿਆ ਹੈ ਜਦੋਂ ਗੁਰੂ ਖਾਲਸਾ ਜੀ ਮੈਂ ਸਭ ਤੋਂ ਪਹਿਲਾਂ ਸਰਬਲੋਕ ਪ੍ਰਕਾਸ਼ ਗ੍ਰੰਥ ਦੀ ਕਥਾ ਪੜ੍ਹਾਈ ਸੀ ਨਾ ਤੇ ਇਹ ਪ੍ਰਸੰਗ ਮੇਰੇ ਵੀ ਸਮਝ ਨਹੀਂ ਸੀ ਆਇਆ ਅਰਥ ਮੈਂ ਪੜ੍ਹਾ ਦਿੱਤੇ ਸੀ ਪਰ ਜਿਹੜੀ ਗੱਲ ਮਹਾਰਾਜ ਨੇ ਕਹੀ ਹੈ ਉਹ ਮੇਰੇ ਸਮਝ ਨਹੀਂ ਸੀ ਆਈ ਤੇ ਦੂਜੀ ਵਾਰ ਜਦੋਂ ਕਥਾ ਪੜ੍ਹਾਈ ਸੰਥਿਆ ਪੜ੍ਹਾਈ ਉਦੋਂ ਵੀ ਨਾ ਸਮਝ ਆਈ ਤੇ ਤੀਸਰੀ ਵਾਰ ਫਿਰ ਜਦੋਂ
ਸਮਾਧਾ ਬਾਬਾ ਨੌ ਸਿੰਘ ਜੀ ਦੇ ਸਥਾਨ ਦੇ ਉੱਤੇ ਕਥਾ ਪੜਾਈ, ਪਾਠ ਬੋਧ ਹੋਇਆ, ਉਦੋਂ ਵੀ ਸਮਝ ਨਹੀਂ ਆਈ ਇਹ ਗੱਲ ਦੀ, ਇਹ ਪ੍ਰਸੰਗ ਨਹੀਂ ਸਮਝ ਆਇਆ। ਹੁਣ ਇਹ ਕਥਾ ਪੜਾਈ, ਹੁਣ ਵੀ ਨਹੀਂ ਸਮਝ ਆਈ, ਪਰ ਜਦੋਂ ਆ ਕਥਾ ਰਿਕਾਰਡ ਕਰਨੀ ਸੀ ਤੇ ਮੈਂ ਬੜਾ ਥੋੜਾ ਜਿਹਾ ਹੈਰਾਨ ਵੀ ਤੇ ਪਰੇਸ਼ਾਨ ਵੀ ਸੀ ਵੀ ਇਹ ਕਥਾ ਮਹਾਰਾਜ ਸਾਹਿਬ ਜੀ ਦੀ ਹੁਣ ਕਿਵੇਂ ਕਰਨੀ ਹੈ, ਅਰਥ ਕਰ ਦਈਏ। ਕਈ ਵਾਰ ਤੇ ਅੰਦਾਜ਼ਾ ਲਾਇਆ ਵੀ ਸਿੱਧੇ ਸਿੱਧੇ ਅਰਥ ਕਰ ਦਿੰਦੇ ਹਾਂ, ਪਰ ਪ੍ਰਸੰਗ ਦਾ ਪਤਾ ਨਹੀਂ ਸੀ ਲੱਗਦਾ। ਫਿਰ ਮਹਾਰਾਜ ਕਲਗੀਧਰ ਪਾਤਸ਼ਾਹ ਦੇ ਚਰਨਾਂ 'ਚ ਅਰਦਾਸ ਕੀਤੀ ਦਵੇਂ ਹੱਥ ਜੋੜ ਕੇ, ਮਹਾਰਾਜ ਇਹਦਾ ਪਤਾ ਨਹੀਂ ਲੱਗਦਾ, ਆਪ ਹੀ ਸੂਝ ਬਖਸ਼ੋ। ਤੇ ਜਦੋਂ ਪੋਥੀ ਪ੍ਰਕਾਸ਼ ਕਰਕੇ ਤੇ ਪੜ੍ਹਨ ਲੱਗੇ ਕਥਾ ਕਰਨ ਤੋਂ ਪਹਿਲਾਂ, ਤੇ ਮਹਾਰਾਜ ਨੇ ਫਿਰ ਆਪ ਹੀ ਸੂਝ ਬਖਸ਼ ਦਿੱਤੀ, ਆਪ ਹੀ ਸਹਾਈ ਹੋ ਗਏ, ਆਖੋ ਸਤਨਾਮ ਸ੍ਰੀ ਵਾਹਿਗੁਰੂ। ਤੇ ਜਦੋਂ ਮੈਂ ਕਥਾ ਪੜ੍ਹੀ ਸੀ ਉਦੋਂ ਵੀ ਇਹ ਪੂਰਾ ਪ੍ਰਸੰਗ ਜੇ ਨਿਖਰਦਾ ਨਹੀਂ ਸੀ, ਪਰ ਹੁਣ ਜਦੋਂ ਆਪਾਂ ਕਥਾ ਕਰ ਰਹੇ ਹਾਂ ਤੇ ਹੁਣ ਤੇ ਆਪਣੇ ਆਪ ਹੀ ਸਤਿਗੁਰੂ ਜੀ ਕਿਰਪਾ ਕਰੀ ਜਾ ਰਹੇ ਨੇ, ਉਹਨਾਂ ਦੀ ਕਿਰਪਾ ਹੋ ਰਹੀ ਹੈ। ਤੋ ਮਹਾਰਾਜ ਕਹਿੰਦੇ ਜਿਹੜੀ ਕਥਾ ਹੈ ਨਾ ਇਹ ਮੈਂ ਮੱਥ ਕਰਕੇ ਕੱਢੀ ਹੈ, ਇਹ ਸਾਰਾ ਗ੍ਰੰਥਾਂ ਨੂੰ ਵੇਖ ਕਰਕੇ ਤੇ ਅੰਮ੍ਰਿਤ ਵਾਂਗੂ ਇਹ ਕਥਾ ਪ੍ਰਗਟ ਹੋਈ ਹੈ। ਬਚਤ ਮੁਕਤਾ ਸੁਧ ਹੈ, ਇਹ ਇਸ ਤਰੀਕੇ ਦੇ ਨਾਲ ਜਿਹੜਾ ਪਰਮ ਹੰਸ ਹੈ ਉਹੀ ਕਿਤੇ ਸਰਗੁਣ ਸਰੂਪ ਧਾਰ ਕਰਕੇ ਤੇ ਸੁਧ ਮੋਤੀ ਮਾਨ ਸਰੋਵਰ ਤੋਂ ਛਕਦਾ ਏ। ਹੰਸ ਰੂਪ ਬਚਿੱਤਰ ਪਾਵਨ, ਇਹ ਹੰਸ ਰੂਪ ਧਾਰ ਕਰਕੇ ਬਚਿੱਤਰ ਕਹੀਏ ਅਸਚਰਜ ਤੇ ਪਾਵਨ ਕਹੀਏ ਪਵਿੱਤਰ। ਹਰ ਭਗਤ ਨਿਰਮਲ ਬੁੱਧ ਹੈ, ਇਹ ਹਰੀ ਭਗਤੀ ਵਾਲਾ ਇਹ ਨਿਰਮਲ ਬੁੱਧ ਵਾਲਾ, ਜਦੋਂ ਕਹਿੰਦੇ ਹੰਸ ਰੂਪ ਧਾਰਦਾ ਹੈ ਨਾ ਮਾਨ ਸਰੋਵਰ ਤੇ ਪਰਮ ਹੰਸ ਵਾਹਿਗੁਰੂ ਅਕਾਲ ਪੁਰਖ, ਤੇ ਉਸ ਵਕਤ ਬਹੁਤਾ ਬਚਿੱਤਰ ਤੇ ਬਹੁਤਾ ਹੀ ਪਾਵਨ ਪਵਿੱਤਰ ਰੂਪ ਧਾਰਨ ਕਰਦਾ ਹੈ, ਤੇ ਉਸ ਰੂਪ ਵਿੱਚ ਆਪਣੇ ਹੀ ਸਰੂਪ ਦੀ ਭਗਤੀ ਕਰਦਾ ਹੈ, ਹਰੀ ਭਗਤੀ ਕਰਦਾ ਹੈ ਤੇ ਨਿਰਮਲ ਬੁੱਧੀ ਰੱਖਦਾ ਹੈ। ਕਰਤ ਪਾਨ ਪਯੂਖ ਨਿਸ ਦਿਨ, ਤੇ ਪਯੂਖ ਮੈਣੀ ਅੰਮ੍ਰਿਤ, ਰਾਤ ਦਿਨ ਅੰਮ੍ਰਿਤ ਛਕਦਾ ਹੈ, ਅੰਮ੍ਰਿਤ ਚੁੰਦਾ ਹੈ ਜਦੋਂ ਕਿਧਰੇ ਸਰਗੁਣ ਸਰੂਪ ਧਾਰਦਾ ਏ ਮਾਨ ਸਰੋਵਰ ਦੇ। ਰਸਕ ਰਸਕ ਅਗਾਨ ਹੈ, ਤੇ ਅਗਾਨ ਮੈਨੇ ਰੱਜਦਾ ਏ ਰਸ ਲੈ ਲੈ ਕਰਕੇ ਅੰਮ੍ਰਿਤ ਦਾ, ਅੰਮ੍ਰਿਤ ਚੁੰਦਾ ਏ। ਜਦੋਂ ਗੁਰੂ ਖਾਲਸਾ ਜੀ ਅਵਸਥਾ ਬਣ ਜਾਂਦੀ ਹੈ ਨਾ ਤੇ ਫਿਰ ਜਿੱਥੇ ਉੱਪਰਲਾ ਤਾਲੂ ਆਏ ਉੱਥੋਂ ਫਿਰ ਨਾ ਅੰਮ੍ਰਿਤ ਚੋਣ ਲੱਗ ਪੈਂਦਾ ਏ, ਤੇ ਉਹ ਅੰਮ੍ਰਿਤ ਦਾ ਰਸ ਆਉਂਦਾ ਏ। ਤੇ ਸਾਹਿਬ ਜੀ ਕਹਿੰਦੇ ਨੇ ਵੀ ਜਦੋਂ ਵਾਹਿਗੁਰੂ ਅਕਾਲ ਪੁਰਖ ਪਰਮੇਸ਼ਰ ਹੰਸਾਂ ਵਾਲਾ ਰੂਪ ਧਾਰ ਕੇ ਮਾਨ ਸਰੋਵਰ ਤੇ ਜਾਂਦਾ ਹੈ ਨਾ ਉਦੋਂ ਫਿਰ ਅੰਮ੍ਰਿਤ ਚੁੰਦਾ ਏ ਤੇ ਅੰਮ੍ਰਿਤ ਦਾ ਰਸ ਲੈ ਕਰਕੇ ਰੱਜਦਾ ਏ। ਕਥਾ ਕੀਰਤ ਸਾਧ ਸੰਗਤ, ਤੇ ਫਿਰ ਕਹਿੰਦੇ ਨੇ ਵੀ ਕਿਧਰੇ ਇਹ ਪਰਮ ਹੰਸ ਕਥਾ ਕੀਰਤਨ ਵੀ ਸੁਣਦਾ ਏ ਤੇ ਸਾਧ ਸੰਗਤ ਵੀ ਕਰਦਾ ਏ, ਕਿਉਂਕਿ ਜਿੱਥੇ ਮਾਨ ਸਰੋਵਰ ਹੈ ਉੱਥੇ ਸਾਧੂ ਰਹਿੰਦੇ ਨੇ, ਸੰਤ ਰਹਿੰਦੇ ਨੇ, ਬੜੇ ਬੜੇ ਜਿਹੜੇ ਤਪਸਵੀ ਸੰਤ ਨੇ, ਤੇ ਮਾਨ ਸਰੋਵਰ ਦੀ ਝੀਲ ਤੇ ਜਾ ਕੇ ਉੱਥੇ ਬੈਠਦੇ ਨੇ, ਤਪੱਸਿਆ ਕਰਦੇ ਨੇ। ਤੇ ਕਹਿੰਦੇ ਨੇ ਵੀ ਜਦੋਂ ਇਹ ਵਾਹਿਗੁਰੂ ਪਰਮਹੰਸ ਦਾ ਰੂਪ ਧਾਰਦਾ ਹੈ ਤੇ ਸਾਧੂਆਂ ਦੀ ਸੰਗਤ ਕਰਦਾ ਹੈ ਤੇ ਉਹਨਾਂ ਦੇ ਪਾਸੋਂ ਕਥਾ ਦੇ ਕੀਰਤਨ ਸੁਣਦਾ ਏ। ਕਰਤ ਨਿਸ ਦਿਨ ਪਾਨ ਹੈ, ਇਸ ਤਰੀਕੇ ਦੇ ਨਾਲ ਰਾਤ ਦਿਨੇ ਅੰਮ੍ਰਿਤ ਨੂੰ ਛਕਣਾ ਕਰਦਾ ਏ, ਕਥਾ ਕੀਰਤਨ ਰੂਪ ਅੰਮ੍ਰਿਤ ਛਕਦਾ ਏ। ਤਾਂ ਹੀ ਗੁਰੂ ਖਾਲਸਾ ਜੀ ਜਿਹੜੇ ਮਹਾਂਪੁਰਖ ਹੁੰਦੇ ਨੇ ਉਹਨਾਂ ਨੂੰ ਪਰਮਹੰਸ ਦੀ ਉਪਾਧੀ ਦਿੰਦੇ ਨੇ, ਇਹ ਪਰਮਹੰਸ ਦੀ ਉਪਾਧੀ ਹੈ। ਵਾਹਿਗੁਰੂ ਅਕਾਲ ਪੁਰਖ ਦਾ ਨਾਮ ਵੀ ਪਰਮਹੰਸ ਹੀ ਹੈ ਕਿਉਂਕਿ ਉਹ ਉੱਜਲ ਹੈ ਨਾ, ਤੇ ਉਹ ਜਿਹੜੇ ਸ਼ੁਭ ਗੁਣ ਰੂਪੀ ਮੋਤੀ ਹੈ ਉਹਨਾਂ ਨੂੰ ਸਵੀਕਾਰ ਕਰਦਾ ਹੈ, ਜਾਂ ਜਿਹੜੇ ਵਾਹਿਗੁਰੂ ਅਕਾਲ ਪੁਰਖ ਪਰਮੇਸ਼ਰ ਦੇ ਭਗਤ ਨੇ ਐਸੇ ਮੋਤੀਆਂ ਨੂੰ ਚਰਨਾਂ ਨਾਲ ਲਾਉਂਦਾ ਹੈ। ਇਸ ਵਾਸਤੇ ਵਾਹਿਗੁਰੂ ਦਾ ਨਾਮ ਵੀ ਪਰਮਹੰਸ ਹੈ ਤੇ ਉਹਦੇ ਭਗਤਾਂ ਦਾ ਨਾਮ ਵੀ ਪਰਮਹੰਸ ਹੈ, ਤੇ ਜਿਹੜੇ ਕਥਾ ਕੀਰਤਨ ਸੁਣਦੇ ਨੇ ਉਹਨਾਂ ਦਾ ਨਾਮ ਵੀ ਪਰਮਹੰਸ ਹੀ ਹੈ। ਇਹ ਪਰਮਹੰਸ ਦੀ ਮਹਾਰਾਜ ਸਾਹਿਬ ਜੀ ਇੱਥੇ ਵਿਆਖਿਆ ਕਰ ਰਹੇ ਨੇ, ਕਹਿੰਦੇ ਜਦੋਂ ਵਾਹਿਗੁਰੂ ਪਰਮਹੰਸ ਦਾ ਰੂਪ ਧਾਰਦਾ ਏ ਤੇ ਫਿਰ ਉਹ ਕਿੱਥੇ ਰਹਿੰਦਾ ਹੈ, ਕਹਿੰਦੇ ਮਾਨ ਸਰੋਵਰ ਦੀ ਝੀਲ ਤੇ ਰਹਿੰਦਾ ਹੈ ਤੇ ਉੱਥੇ ਫਿਰ ਸਾਧੂਆਂ ਦੀ ਸੰਗਤ ਕਰਦਾ ਏ ਤੇ ਕਥਾ ਕੀਰਤਨ ਨੂੰ ਸੁਣਨਾ ਕਰਦਾ ਏ।
ਕਰਤ ਨਿਸ ਦਿਨ ਪਾਨ ਹੈ, ਪਾਨ ਮੈਂ ਨਹੀਂ ਛਕਣਾ ਕਰਦਾ ਹੈ, ਰਾਤ ਦਿਨੇ ਕਥਾ ਕੀਰਤਨ ਸੁਣ ਕਰਕੇ। ਤਰ ਹੰਸ ਰੂਪ ਮਰਾਲ ਖਗਤਨ, ਇਹ ਤਾਂ ਅੰਮ੍ਰਿਤ ਨੂੰ ਪਾਨ ਕਰਦਾ ਕਥਾ ਕੀਰਤਨ ਸੁਣ ਕੇ, ਤੇ ਧਾਰ ਕਰਕੇ ਹੰਸਾਂ ਵਾਲਾ ਰੂਪ ਤੇ ਖਗ ਕਹੀਏ ਪੰਛੀ ਮਰਾਲ ਮੈਨੇ ਹੰਸ ਪੰਛੀਆਂ ਵਾਲਾ ਸਰੀਰ ਧਾਰ ਕਰਕੇ। ਬਾਪ ਰਾਜ ਜੀਵਨ ਮੂਲ ਹੈ, ਜੋ ਸਾਰੇ ਜਿੰਨੇ ਵੀ ਸਰੀਰ ਨੇ ਉਹਨਾਂ ਸਰੀਰਾਂ ਦਾ ਮੂਲ ਹੈ, ਕਿਉਂਕਿ ਸਭ ਤੋਂ ਪਹਿਲਾਂ ਵਾਹਿਗੁਰੂ ਅਕਾਲ ਪੁਰਖ ਜੀ ਹੰਸ ਰੂਪ ਬਣੇ, ਹੰਸ ਵਾਲਾ ਸਰੀਰ ਧਾਰਿਆ ਤੇ ਫਿਰ ਉਹਦੇ ਉੱਪਰ ਬ੍ਰਹਮੇ ਨੂੰ ਬਿਠਾਇਆ। ਇਸ ਵਾਸਤੇ ਸਾਰੇ ਸਰੀਰਾਂ ਦਾ ਜਿਹੜਾ ਮੂਲ ਹੈ ਨਾ ਉਹ ਗੁਰੂ ਖਾਲਸਾ ਜੀ ਉਹ ਹੰਸ ਹੈ, ਇਸ ਵਾਸਤੇ ਇਹਨੂੰ ਸਰੀਰਾਂ ਦਾ ਸਵਾਮੀ ਲਿਖਿਆ ਹੈ। ਜਿਵੇਂ ਸਾਹਿਬ ਜੀ ਕਹਿੰਦੇ ਨੇ ਪੰਛੀ ਰਾਜ ਤੇ ਉਹ ਵੀ ਹੰਸ ਹੈ, ਫਿਰ ਆਦ ਬਾਹਨ ਉਹ ਵੀ ਹੰਸ ਹੈ, ਤੇ ਇੱਦਾਂ ਬਾਪ ਰਾਜ ਵੀ ਇਹ ਵੀ ਹੰਸ ਹੀ ਹੈ। ਤੇ ਸਾਹਿਬ ਜੀ ਕਹਿੰਦੇ ਨੇ ਹੰਸ ਦਾ ਰੂਪ ਜਦੋਂ ਧਾਰਨਾ ਕੀਤਾ, ਪੰਛੀਆਂ ਵਾਲਾ ਜਿਹੜਾ ਰੂਪ ਧਾਰਿਆ ਨਾ ਵਾਹਿਗੁਰੂ ਅਕਾਲ ਪੁਰਖ ਨੇ, ਸਾਰੇ ਜੀਵਾਂ ਦਾ ਮੂਲ ਤੇ ਸਾਰੇ ਸਰੀਰਾਂ ਦਾ ਰਾਜਾ ਸਰੀਰ ਹੈ। ਬਾਪ ਸਕਲ ਵਿਦਤ ਪ੍ਰਚੰਡ ਪੂਰਨ, ਫਿਰ ਕਹਿੰਦੇ ਜਿੰਨੇ ਵੀ ਅੱਗੇ ਬਾਪ ਰੂਪ ਬਣੇ ਨੇ ਮਨੁੱਖਾਂ ਦੇ ਬਣੇ ਪੰਛੀਆਂ ਦੇ ਬਣੇ, ਇਹ ਕਹਿੰਦੇ ਜਿੰਨੇ ਵੀ ਰੂਪ ਨੇ ਸਾਰੇ ਪੂਰਨ ਰੂਪ ਦੇ ਵਿੱਚ ਪ੍ਰਚੰਡ ਕਹੀਏ ਤਿੱਖੇ ਪ੍ਰਤਾਪ ਵਾਲੇ ਰੂਪ ਇਹ ਪਰਮਹੰਸ ਤੋਂ ਹੀ ਪੈਦਾ ਹੋਏ। ਜੇ ਪਰਮਹੰਸ ਦਾ ਰੂਪ ਨਾ ਹੁੰਦਾ ਤੇ ਬ੍ਰਹਮਾ ਕਿੱਥੋਂ ਆਉਣਾ ਸੀ, ਜੇ ਬ੍ਰਹਮਾ ਨਾ ਆਉਂਦਾ ਤੇ ਦੂਜੇ ਰੂਪ ਕਿੱਥੋਂ ਬਣਨੇ ਸਨ। ਸਦਾ ਬ੍ਰਹਮ ਅਨੁਕੂਲ ਹੈ, ਇਹਦਾ ਕਹਿੰਦੇ ਨੇ ਵੀ ਸਾਰੇ ਸਰੀਰ ਬ੍ਰਹਮ ਦੇ ਹੀ ਅਨੁਕੂਲ ਨੇ, ਬ੍ਰਹਮ ਵਾਹਿਗੁਰੂ ਨੇ ਪਰਮਹੰਸ ਬਣਾਇਆ, ਪਰਮਹੰਸ ਤੋਂ ਅੱਗੇ ਬ੍ਰਹਮਾ ਬਣਿਆ ਤੇ ਬ੍ਰਹਮੇ ਤੋਂ ਅੱਗੇ ਨਾਨਾ ਪ੍ਰਕਾਰ ਦੇ ਸਰੀਰ ਬਣੇ ਨੇ, ਤੇ ਪਰਮਹੰਸ ਵਾਹਿਗੁਰੂ ਅਕਾਲ ਪੁਰਖ ਦਾ ਨਾਮ ਹੈ, ਇਸ ਵਾਸਤੇ ਸਾਰੇ ਸਰੀਰ ਵਾਹਿਗੁਰੂ ਦੇ ਹੀ ਅਨੁਕੂਲ ਨੇ। ਕਰਤ ਪਾਨ ਪਯੂਖ ਨਿਸ ਦਿਨ, ਇਹਦਾ ਕਹਿੰਦੇ ਨੇ ਵੀ ਮਾਨ ਸਰੋਵਰ ਦੇ ਉੱਤੇ ਰਾਤ ਦਿਨੇ ਅੰਮ੍ਰਿਤ ਛਕਦੇ ਨੇ। ਰਾਮ ਰਸਕ ਅਗੂਲ ਹੈ, ਤੇ ਅਗੂਲ ਨਾਮ ਘੁਲਣ ਦਾ ਏ ਮਿਲਣ ਦਾ ਏ, ਤੇ ਰਸਕ ਕਹਿੰਦੇ ਰਸ ਲੈਂਦੇ ਨੇ ਉਹ ਅੰਮ੍ਰਿਤ ਦਾ ਜਿਹਦੇ ਵਿੱਚ ਵਾਹਿਗੁਰੂ ਅਕਾਲ ਪੁਰਖ ਦਾ ਰਾਮ ਨਾਮ ਮਿਲਿਆ ਹੋਇਆ ਏ। ਹੰਸ ਤਨ ਪਰ ਪਛਤ ਮੁਕਤਾ, ਇਹ ਹੰਸਾਂ ਵਾਲਾ ਰੂਪ ਧਾਰ ਕਰਕੇ ਤੇ ਮੋਤੀਆਂ ਦੇ ਤਾਂ ਛਕਦੇ ਨੇ। ਬਸਤ ਮਾਨਸ ਕੂਲ ਹੈ, ਮਾਨ ਸਰੋਵਰ ਦੇ ਕਿਨਾਰੇ ਦੇ ਉੱਪਰ ਵਸਦੇ ਨੇ। ਕਾਲ ਪਾਏ ਬਸੇ ਤਹਾਂ, ਫਿਰ ਕਹਿੰਦੇ ਨੇ ਵੀ ਜਿੰਨਾ ਚਿਰ ਉਹਨਾਂ ਦਾ ਚਿੱਤ ਕਰੇ ਸਮਾਂ ਹੋਵੇ ਉਹਨਾਂ ਚਿਰ ਤੱਕ ਉਹ ਉੱਥੇ ਵਸਦੇ ਨੇ, ਪਰਮ ਰੂਪ ਪਰਮਹੰਸ ਦਾ ਰੂਪ ਧਾਰ ਕੇ ਮਾਨ ਸਰੋਵਰ ਦੇ ਉੱਪਰ। ਉਨ ਬਸੇ ਜਾ ਸੁਨੇ ਲੋਕ ਹੈ, ਇਹ ਜਿੱਥੇ ਸੁਨੇ ਲੋਕ ਵਾਹਿਗੁਰੂ ਅਕਾਲ ਪੁਰਖ ਪਰਮੇਸ਼ਰ ਦਾ ਲੋਕ ਹੈ ਤੇ ਉੱਥੇ ਜਾ ਕਰਕੇ ਵਸ ਜਾਂਦੇ ਨੇ ਪਰਮਹੰਸ ਜੀ। ਹੰਸ ਤਰਹਿ ਤਨ ਧਾਰ ਵਿਚਰੇ, ਜਦੋਂ ਜੀ ਕਰਦਾ ਨਾ ਵਾਹਿਗੁਰੂ ਅਕਾਲ ਪੁਰਖ ਦਾ ਵੀ ਦੁਨੀਆਂ ਦੀ ਯਾਤਰਾ ਕਰੀਏ ਵੇਖੀਏ ਪਸਾਰਾ, ਤੇ ਫਿਰ ਕਹਿੰਦੇ ਹੰਸ ਦੀ ਤਰ੍ਹਾਂ ਹੰਸਾਂ ਵਾਲਾ ਰੂਪ ਧਾਰ ਕਰਕੇ ਵਾਹਿਗੁਰੂ ਅਕਾਲ ਪੁਰਖ ਮਾਨ ਸਰੋਵਰ ਤੇ ਵਿਚਰਦਾ ਏ, ਸੈਰ ਸਪਾਟਾ ਕਰਦਾ ਏ। ਮੋਦਿਤ ਹਰਖ ਅਸ਼ੋਕ ਹੈ, ਮੋਦਿਤ ਖੁਸ਼ ਹੋ ਕਰਕੇ, ਹਰਖ ਨਾਮ ਖੁਸ਼ੀ ਦਾ ਏ ਤੇ ਅਸ਼ੋਕ ਨਾਮ ਦੁੱਖਾਂ ਤੋਂ ਰਹਿਤ ਹੋ ਕੇ, ਜਦੋਂ ਵਾਹਿਗੁਰੂ ਦਾ ਜੀ ਕਰੇ ਨਾ ਵੀ ਸੈਰ ਕਰੀਏ, ਤੇ ਕਹਿੰਦੇ ਪਰਮਹੰਸ ਵਾਲਾ ਰੂਪ ਧਾਰ ਕੇ ਤੇ ਉਹ ਮਾਨ ਸਰੋਵਰ ਦੀ ਸੈਰ ਕਰਦਾ ਏ। ਨਾਮ ਮੁਕਤਾ ਚੁਗਤ ਦਿਨ ਨਿਸ ਦਿਨ, ਉੱਥੇ ਫਿਰ ਕਹਿੰਦੇ ਨੇ ਨਾਮ ਮੁਕਤਾ ਚੁਗਤ ਨਿਸ ਦਿਨ, ਨਾਮ ਦੇ ਮੋਤੀ ਰਾਤ ਦਿਨੇ ਵਾਹਿਗੁਰੂ ਅਕਾਲ ਪੁਰਖ ਪਰਮੇਸ਼ਰ ਚੁਗਦਾ ਹੈ। ਬ੍ਰਹਮ ਸੇਵ ਅਧੀਨ ਹੈ, ਇਹ ਕਿਧਰੇ ਫਿਰ ਵੇਖੋ ਵਾਹਿਗੁਰੂ ਅਕਾਲ ਪੁਰਖ ਪਰਮੇਸ਼ਰ ਦੀ ਲੀਲਾ, ਆਪ ਹੀ ਬ੍ਰਹਮਾ ਪੈਦਾ ਕੀਤਾ ਤੇ ਫਿਰ ਆਪ ਹੀ ਉਹਦਾ ਸੇਵਕ ਬਣ ਗਿਆ। ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਕਿਹਾ ਨਾ ਆਪੇ ਗੁਰ ਆਪੇ ਚੇਲਾ, ਆਪ ਹੀ ਉਹ ਗੁਰੂ ਤੇ ਆਪ ਹੀ ਉਹਨਾਂ ਨੇ ਪੰਜ ਪਿਆਰੇ ਸਾਜੇ ਤੇ ਆਪ ਹੀ ਉਹਨਾਂ ਦੇ ਚੇਲੇ ਬਣ ਗਏ। ਇਹ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦਾ ਜੀਵਨ ਹੈ ਤੇ ਦੇਖੋ ਵਾਹਿਗੁਰੂ ਅਕਾਲ ਪੁਰਖ ਜੀ ਆਪ ਹੀ ਪਰਮਹੰਸ, ਆਪ ਹੀ ਉਹਨਾਂ ਨੇ ਬ੍ਰਹਮਾ ਪੈਦਾ ਕੀਤਾ ਤੇ ਫਿਰ ਬ੍ਰਹਮੇ ਦੀ ਅਸਵਾਰੀ ਰੂਪ ਵਿੱਚ
ਆਪ ਹੀ ਬ੍ਰਹਮੇ ਦੇ ਸੇਵਕ ਬਣ ਗਏ, ਆਖੂ ਸਤਨਾਮ ਸ੍ਰੀ ਵਾਹਿਗੁਰੂ। ਇਹ ਪਹਿਲਾਂ ਵੀ ਹੋਇਆ, ਜਦੋਂ ਆਦਿ ਕਾਲ ਦੇ ਵਿੱਚ ਸ੍ਰਿਸ਼ਟੀ ਰਚੀ ਗਈ ਨਾ। ਇਹ ਕਥਾ ਦੇਖੋ ਸਰਬਲੋ ਪ੍ਰਕਾਸ਼ ਗ੍ਰੰਥ ਚ ਆਈ ਹੈ, ਧਿਆਨ ਦੇ ਕੇ ਸੁਣਨ ਵਾਲੀ ਗੱਲ ਹੈ। ਪ੍ਰਾਣ ਪੁਰਖ ਪਰਮਹੰਸ ਵਾਹਿਗੁਰੂ ਦਾ ਹੀ ਨਾਮ ਹੈ। ਕਹਿੰਦੇ ਵਾਹਿਗੁਰੂ ਨੇ ਆਪ ਹੀ ਪਰਮਹੰਸ ਦਾ ਰੂਪ ਧਾਰਿਆ, ਫਿਰ ਆਪ ਹੀ ਬ੍ਰਹਮਾ ਪੈਦਾ ਕੀਤਾ ਤੇ ਉਹਨੂੰ ਪਰਮਹੰਸ ਤੇ ਬਿਠਾ ਦਿੱਤਾ, ਤੇ ਆਪ ਹੀ ਉਹ ਵਾਹਿਗੁਰੂ ਅਕਾਲ ਪੁਰਖ ਪਰਮੇਸ਼ਰ ਤੇ ਬ੍ਰਹਮੇ ਦੇ ਸੇਵਕ ਬਣ ਗਏ ਤੇ ਉਹਦੀ ਆਗਿਆ ਵਿੱਚ ਰਹਿਣ ਲੱਗ ਪਏ। ਤੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਵੀ ਐਸਾ ਹੀ ਕੀਤਾ। ਇਹ ਦੇਖੋ ਦਾਸਾ ਭਾਵ ਇਹ ਵਾਹਿਗੁਰੂ ਅਕਾਲ ਪੁਰਖ ਨੇ ਵੀ ਰੱਖਿਆ ਤੇ ਮਹਾਰਾਜ ਕਲਗੀਧਰ ਪਾਤਸ਼ਾਹ ਨੇ ਵੀ ਰੱਖਿਆ। ਗੁਰੂ ਨਾਨਕ ਸਾਹਿਬ ਜੀ ਦਾ ਘਰ ਕਿਉਂ ਮਹਾਨ ਹੈ? ਕਿਉਂਕਿ ਇਹਦੇ ਵਿੱਚ ਦਾਸਾ ਭਾਵ ਹੈ। ਗੁਰੂ ਨਾਨਕ ਸਾਹਿਬ ਜੀ ਸਰਬ ਕਲਾ ਸਮਰੱਥ ਸਨ, ਪਰ ਜਿੱਥੇ ਗੁਰੂ ਖਾਲਸਾ ਜੀ ਕਿਸੇ ਮਾੜੇ ਉਗਣ ਦੀ ਗੱਲ ਆਈ, ਜਿਵੇਂ ਨਾਨਕ ਨੀਚ ਕਹਿ ਵਿਚਾਰ, ਉਹਨਾਂ ਨੇ ਆਪਣੇ ਆਪ ਨੂੰ ਨੀਚ ਵੀ ਆਖਿਆ, ਆਪਣੇ ਆਪ ਨੂੰ ਦਾਸ ਵੀ ਆਖਿਆ, ਆਪਣੇ ਆਪ ਨੂੰ ਬਦ ਬਖਤ ਵੀ ਆਖਿਆ, ਬਖੀਲ ਗਾਫਲ ਕਈ ਲਫ਼ਜ਼ ਉਹਨਾਂ ਨੇ ਆਪਣੇ ਆਪ ਨੂੰ ਕਹੇ। ਜਿੱਥੇ ਸਨਮਾਨ ਦੀ ਗੱਲ ਆਈ ਉੱਥੇ ਦੂਜੇ ਨੂੰ ਮਹਾਰਾਜ ਨੇ ਦਿੱਤਾ, ਤੇ ਜਿੱਥੇ ਗੁਰੂ ਖਾਲਸਾ ਜੀ ਨੀਵੇਂ ਪੁਣੇ ਦੀ ਗੱਲ ਆਈ ਉਹ ਵਿਸ਼ੇਸ਼ਣ ਮਹਾਰਾਜ ਨੇ ਆਪਣੇ ਆਪ ਲਈ ਵਰਤੇ, ਕਿਉਂਕਿ ਦਾਸ ਭਾਵ ਵਿੱਚ ਰਹਿਣਾ ਇਹ ਵਾਹਿਗੁਰੂ ਅਕਾਲ ਪੁਰਖ ਦਾ ਆਦਿ ਤੋਂ ਸੁਭਾਅ ਹੈ। ਆਦਿ ਕਾਲ ਤੋਂ ਆਪ ਹੀ ਬ੍ਰਹਮਾ ਪੈਦਾ ਕੀਤਾ ਤੇ ਆਪ ਹੀ ਫਿਰ ਕਹਿੰਦੇ ਉਹਦੇ ਸੇਵਕ ਹੋ ਗਏ, ਇਹ ਸੇਵਕ ਬਣ ਕੇ ਤੇ ਉਹਦੀ ਸੇਵਾ ਨੂੰ ਲੈ ਲੈਣਾ ਕੀਤਾ। ਬ੍ਰਹਮਪੁਰੀ ਬਸੰਤ ਨਿਤ ਪ੍ਰਤ, ਇਹ ਬ੍ਰਹਮਪੁਰੀ ਦੇ ਵਿੱਚ ਨਿਤਾ ਪ੍ਰਤੀ ਵਸਦੇ ਨੇ ਪਰਮਹੰਸ ਜੀ ਵਾਹਿਗੁਰੂ ਅਕਾਲ ਪੁਰਖ ਜੀ। ਖਾਸ ਸੇਵਕ ਲੀਨ ਹੈ, ਇਹ ਖਾਸ ਸੇਵਾ ਉਸ ਦੀ ਲੈ ਲੈਣਾ ਕੀਤੀ, ਜਾਂ ਉਹਦੇ ਖਾਸ ਸੇਵਕ ਬਣ ਕੇ ਤੇ ਬ੍ਰਹਮਾ ਦੇ ਚਰਨਾਂ ਦਾ ਧਿਆਨ ਧਾਰ ਕੇ ਆਪ ਹੀ ਵਾਹਿਗੁਰੂ ਜੀ ਰਹਿੰਦੇ ਨੇ। ਦਾਸ ਭਾਵ ਸਮੀਪ ਜੁਗ ਜੁਗ, ਇਹ ਦਾਸਾ ਭਾਵ ਰੱਖਦੇ ਨੇ, ਜੁਗ ਜੁਗ ਉਹਦੇ ਕੋਲ ਰਹਿੰਦੇ ਨੇ। ਇੱਧਰ ਜੁਗ ਪਲਟਦੇ ਜਾਂਦੇ ਨੇ ਪਰ ਉਹ ਨਹੀਂ ਪਲਟਦੇ ਪਰਮਹੰਸ ਜੀ, ਉਹ ਇੱਕੋ ਜਿਹਾ ਹੀ ਸੁਭਾਵ ਰੱਖਦੇ ਨੇ ਬ੍ਰਹਮੇ ਦੀ ਸੇਵਾ ਵਿੱਚ ਰਹਿਣ ਦਾ। ਅੰਗ ਸੰਗ ਬਿਰਾਜ ਹੈ, ਮਹਾਰਾਜ ਸਾਹਿਬ ਜੀ ਕਹਿੰਦੇ ਬ੍ਰਹਮੇ ਦੇ ਅੰਗ ਸੰਗ ਰਹਿੰਦੇ ਹਨ। ਨਿਕਟਵਰਤੀ ਸਵਾਮ ਭਗਤਾ, ਨਿਕਟਵਰਤੀ ਨੇੜੇ ਰਹਿੰਦੇ ਨੇ, ਐਸੀ ਸਵਾਮੀ ਦੀ ਭਗਤੀ ਕਰਦੇ। ਨਿਕਟਵਰਤੀ ਸਵਾਮ ਭਗਤਾ ਤੋਂ ਉਹਨਾਂ ਸ਼ਬਦਾਂ ਦਾ ਸੰਬੰਧ ਹੈ, ਮਾਲਕ ਦੇ ਕੋਲ ਰਹਿਣਾ ਤੇ ਮਾਲਕ ਦੀ ਆਗਿਆ ਮੰਨਣੀ। ਨਵੇਂ ਪਾਤਸ਼ਾਹ ਕਹਿੰਦੇ ਸਵਾਮੀ ਕੋ ਗ੍ਰਿਹੁ ਜੋ ਸਦਾ, ਸਵਾਨ ਤਜਿਤ ਨਹੀਂ ਨਿਤ। ਜਿਵੇਂ ਗੁਰੂ ਖਾਲਸਾ ਜੀ ਮਾਲਕ ਦਾ ਬੂਹਾ ਕੁੱਤਾ ਕਦੇ ਨਹੀਂ ਜੀ ਛੱਡਦਾ, ਜਿਵੇਂ ਬੁੱਲੇ ਸ਼ਾਹ ਨੇ ਲਿਖਿਆ ਹੈ ਉਹ ਆਪਣੇ ਸਾਈਂ ਦਾ ਦਰ ਨਾ ਛੋੜਨ ਭਾਵੇਂ ਸਹਿਬਾਰੀ ਕੁੱਟੇ ਤੈ ਕੋਨੇ ਉੱਤੇ। ਕੁੱਤੇ ਨੂੰ ਗੁਰੂ ਖਾਲਸਾ ਜੀ ਮਾਲਕ ਭਾਵੇਂ 100 ਵਾਰੀ ਮਾਰੇ, ਸਾਰੀ ਰਾਤੀ ਪਹਿਰਾ ਦਿੰਦੇ ਦੇਹਾਂ ਰੂੜੀਆਂ ਸੁੱਤੇ ਤੈ ਕੋਨੇ ਉੱਤੇ, ਸਾਰੀ ਰਾਤੀ ਮਾਲਕ ਦੀ ਸਵਾਮ ਭਗਤੀ ਕਰਦੇ ਨੇ। ਦਿਨੇ ਦਰਵਾਜ਼ੇ ਦੇ ਅੱਗੇ ਜਿੱਥੇ ਰੂੜੀਆਂ ਦੇ ਢੇਰ ਲੱਗੇ ਉੱਥੇ ਬੈਠੇ ਰਹਿੰਦੇ, ਕੋਲ ਰਹਿੰਦੇ ਨੇ। ਮਾਲਕ ਆਵਾਜ਼ ਮਾਰੇ ਤੇ ਭੱਜ ਕੇ ਆਉਂਦੇ ਨੇ ਕੁੱਤੇ, ਤੇ ਭਾਵੇਂ ਗੁਰੂ ਖਾਲਸਾ ਜੀ 100 ਵਾਰੀ ਕੁੱਤੇ ਨੂੰ ਕੋਈ ਮਾਰੇ ਤੇ ਕੁੱਤਾ ਤਾਂ ਵੀ ਆਪਣੇ ਮਾਲਕ ਦਾ ਦਰ ਨਹੀਂ ਛੱਡਦਾ। ਤੇ ਤਾਂ ਹੀ ਬਾਣੀ ਵਿੱਚ ਲਿਖਿਆ ਨਾ, ਹਮ ਕੂਕਰ ਤੇਰੇ ਦਰਬਾਰ, ਤੇਰੇ ਦਰਬਾਰ ਦੇ ਅਸੀਂ ਕੁੱਤੇ ਹਾਂ। ਲਾਲ ਸਕੇ ਗੁਲਾਮੇ ਗੁਰਗੋਬਿੰਦ ਸਿੰਘ, ਦਾਗਦਾਰੇ ਨਾਮੇ ਗੁਰਗੋਬਿੰਦ ਸਿੰਘ। ਸਾਹਿਬ ਭਾਈ ਨੰਦ ਲਾਲ ਜੀ ਨੇ ਕਿਹਾ ਹੈ ਵੀ ਮੈਂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਦਰ ਦਾ ਕੁੱਤਾ ਹਾਂ। ਕਿਉਂ ਕਿਹਾ ਹੈ? ਕਿਉਂਕਿ ਕੁੱਤੇ ਵਿੱਚ ਗੁਰੂ ਖਾਲਸਾ ਜੀ ਸਵਾਮ ਭਗਤ ਹੈ, ਸਵਾਮੀ ਦੀ ਆਗਿਆ ਨੂੰ ਮੰਨਣਾ। ਮਾਲਕ ਭਾਵੇਂ ਮਾਰੀ ਜਾਵੇ, ਭਾਵੇਂ ਗਾਲੀ ਕਲੋਚ ਕਰੇ, ਭਾਵੇਂ ਠੁੱਡ ਮਾਰੇ, ਭਾਵੇਂ ਖਾਣ ਨੂੰ ਵੀ ਨਾ ਦੇਵੇ, ਕੁੱਤਾ ਕਦੇ ਮਾਲਕ ਨੂੰ ਛੱਡਦਾ ਨਹੀਂ। ਸੋ ਐਸੀ ਸਵਾਮੀ ਦੀ ਭਗਤ ਕਰਦਾ ਏ ਤੇ ਨਿਕਟਵਰਤੀ ਨੇੜੇ ਰਹਿੰਦਾ ਏ। ਵਾਹਿਗੁਰੂ ਅਕਾਲ ਪੁਰਖ ਜੀ ਪਰਮਹੰਸ ਦਾ ਰੂਪ ਧਾਰ ਕਰਕੇ ਭਗਤ ਪਾਸ਼ ਸਮਾਜ ਹੈ, ਸਮਾਜ ਕਹੀਏ ਸਾਰੇ ਭਗਤੀ ਦੇ ਜਿੰਨੇ ਵੀ ਪਕਸ਼ ਨੇ ਪਹਿਲਾਂ ਵਾਹਿਗੁਰੂ ਨੇ ਆਪ ਗ੍ਰਹਿਣ ਕੀਤੇ। ਕਈ ਕਹਿ ਦਿੰਦੇ ਵਾਹਿਗੁਰੂ ਵੀ ਹੰਕਾਰੀ ਹੈ, ਉਹ ਆਪਣੀ ਭਗਤੀ ਕਰਾਉਂਦਾ ਹੈ।
ਵਾਹਿਗੁਰੂ ਹੰਕਾਰੀ ਨਹੀਂ ਹੈ, ਉਹਨੇ ਪਹਿਲਾਂ ਆਪ ਭਗਤੀ ਕੀਤੀ ਹੈ, ਜਿਹੜਾ ਕੰਮ ਉਹਨੇ ਆਪ ਕੀਤਾ ਉਹ ਕਰਾਇਆ। ਗੁਰੂ ਨਾਨਕ ਸਾਹਿਬ ਨੇ ਵੀ ਜਿਹੜਾ ਕੰਮ ਆਪ ਕੀਤਾ ਉਹੀ ਗੁਰੂ ਖਾਲਸਾ ਜੀ ਕਰਾਇਆ, ਤੇ ਵਾਹਿਗੁਰੂ ਅਕਾਲ ਪੁਰਖ ਨੇ ਵੀ ਪਹਿਲਾਂ ਪਰਮਹੰਸ ਦਾ ਰੂਪ ਧਾਰਿਆ ਤੇ ਬ੍ਰਹਮੇ ਦੀ ਸੇਵਾ ਕੀਤੀ। ਜਿੰਨੇ ਭਗਤੀ ਦੇ ਪੱਖ ਸਨ ਉਹਨਾਂ ਸਾਰੇ ਪੱਖਾਂ ਨੂੰ ਪੂਰਨ ਤੌਰ ਤੇ ਨਿਭਾਇਆ, ਜਿੰਨੇ ਵੀ ਪੱਖ ਸਨ ਭਗਤੀ ਦੇ, ਜਿੰਨੀ ਵੀ ਸੇਵਾ ਹੋ ਸਕੀ ਬ੍ਰਹਮੇ ਦੀ ਆਪ ਵਾਹਿਗੁਰੂ ਨੇ ਕੀਤੀ। ਤੇ ਫਿਰ ਕਿਹਾ ਵੀ ਕੋਈ ਮੇਰੀ ਸੇਵਾ ਕਰੇ ਤੇ ਉਹ ਭਵਜਲ ਸੰਸਾਰ ਦੇ ਵਿੱਚੋਂ ਛੁੱਟ ਜਾਵੇਗਾ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਪਹਿਲਾਂ ਆਪ ਭਗਤੀ ਕੀਤੀ। ਗੁਰੂ ਅਮਰਦਾਸ ਸਾਹਿਬ ਜੀ ਨੇ ਆਪਣੀ ਪੂਜਾ ਨਹੀਂ ਕਰਾਈ। ਗੁਰੂ ਕਿਵੇਂ ਬਣੇ? ਗੁਰੂ ਬਣਨ ਵਾਸਤੇ ਪਹਿਲਾਂ ਨੇ ਉਹਨਾਂ ਨੇ ਗੁਰੂ ਦੀ ਸੇਵਾ 12 ਸਾਲ ਕੀਤੀ ਘੜਾ ਚੁੱਕ ਕੇ, ਜੋ ਕਿਹਾ ਗੁਰੂ ਅੰਗਦ ਸਾਹਿਬ ਨੇ ਮੰਨਿਆ। ਤੇ ਬ੍ਰਹਮ ਵਾਹਿਗੁਰੂ ਨੇ ਵੀ ਪਰਮਹੰਸ ਦਾ ਰੂਪ ਧਾਰ ਕੇ ਪਹਿਲਾਂ ਬ੍ਰਹਮੇ ਦੀ ਸੇਵਾ ਕੀਤੀ। ਕੈਸਾ ਪ੍ਰਸੰਗ ਮਹਾਰਾਜ ਸਾਹਿਬ ਜੀ ਨਿਖਾਰ ਰਹੇ ਨੇ, ਸਮਝ ਨਹੀਂ ਆਉਂਦੀ ਵੀ ਮਹਾਰਾਜ ਸਾਹਿਬ ਜੀ ਕਿੱਡੇ ਕੁ ਵੱਡੇ ਮਹਾਂ ਪੰਡਿਤ ਸਨ, ਸਰਬਕਲਾ ਸਮਰੱਥ ਸਨ, ਕਿੰਨਾ ਮਹਾਰਾਜ ਸਾਹਿਬ ਜੀ ਨੂੰ ਬੋਧ ਸੀ, ਕਿਹੜੇ ਕਿਹੜੇ ਗ੍ਰੰਥਾਂ ਦੇ ਮਹਾਰਾਜ ਸਾਹਿਬ ਨੇ ਅਰਗ ਕੱਢ ਕਰਕੇ ਸਰਬਲੋ ਪ੍ਰਕਾਸ਼ ਵਿੱਚ ਆਪਣਾ ਅਨੁਭਵ ਮਿਲਾ ਕਰਕੇ ਲਿਖ ਦਿੱਤੇ ਨੇ। ਰਹਿਤ ਆਗਿਆ ਮਾਹੇ ਨਿਸਦੇਨ। ਸਾਹਿਬ ਜੀ ਕਹਿੰਦੇ ਨੇ ਵੀ ਵਾਹਿਗੁਰੂ ਅਕਾਲ ਪੁਰਖ ਪਰਮਹੰਸ ਦਾ ਰੂਪ ਧਾਰ ਕੇ ਤੇ ਆਗਿਆ ਵਿੱਚ ਰਹਿੰਦੇ ਨੇ ਬ੍ਰਹਮਾ ਦੀ ਸਦਾ ਵਾਸਤੇ ਰਾਤ ਦਿਨ। ਪਰਮ ਹਰ ਖਿਤ ਕਾਜ ਹੈ। ਜਦੋਂ ਬ੍ਰਹਮਾ ਜੀ ਕੋ ਕੰਮ ਕਹਿੰਦੇ ਨੇ ਫਿਰ ਪਰਮਹੰਸ ਕੋਈ ਮੱਥੇ ਤੂੜੀ ਨਹੀਂ ਪਾਉਂਦਾ, ਖੁਸ਼ ਹੋ ਕੇ ਕੰਮ ਕਰਦੇ ਨੇ, ਰਾਤ ਦਿਨੇ ਕੰਮ ਕਰੀ ਜਾਂਦੇ ਨੇ ਬ੍ਰਹਮੇ ਦਾ। ਆਦ ਬਾਹਨ ਪ੍ਰਜਾ ਪਾਲਕ। ਇਹ ਪ੍ਰਜਾ ਪਾਲਕ ਬ੍ਰਹਮੇ ਦਾ ਬਾਹਨ ਪਰਮਹੰਸ ਆਦ ਬਾਹਨ ਹੈ। ਦੁਨੀਆਂ ਵਿੱਚ ਜਿੰਨੇ ਬਾਹਨ ਹੋਏ ਨੇ ਸਾਰਿਆਂ ਦਾ ਬਾਹਨ, ਸਾਰਿਆਂ ਦਾ ਰਾਜਾ ਬਾਹਨ ਰਾਜ, ਆਦ ਬਾਹਨ ਕੌਣ ਹੈ? ਪਰਮਹੰਸ। ਕਿਉਂਕਿ ਪਰਮਹੰਸ ਹੋਇਆ ਤੇ ਬ੍ਰਹਮਾ ਬਣਿਆ ਤੇ ਅੱਗੇ ਫਿਰ ਸਾਰਾ ਪਸਾਰਾ ਹੋਇਆ ਏ। ਚਤੁਰ ਮੁਖ ਬੇਰਾਜ ਹੈ। ਇਹ ਕਹਿੰਦੇ ਚਾਰ ਮੁਖਾਂ ਵਾਲਾ ਜਿਹੜਾ ਬ੍ਰਹਮਾ ਹੈ ਉਹ ਵਿਰਾਜਦਾ ਹੈ ਹੰਸ ਦੇ ਉੱਪਰ। ਆਪ ਬਾਹਨ ਹੋਤ ਪਾ। ਸਾਹਿਬ ਜੀ ਕਹਿੰਦੇ ਆਪ ਹੀ ਵਾਹਿਗੁਰੂ ਅਕਾਲ ਪੁਰਖ ਪਰਮੇਸ਼ਰ ਨੇ ਇਹ ਪਰਮਹੰਸ ਦਾ ਰੂਪ ਧਾਰਨ ਕੀਤਾ, ਇਹ ਆਪ ਹੀ ਬ੍ਰਹਮੇ ਹੋਏ ਨੇ। ਹੋਤ ਮੈਨੇ ਹੁੰਦੇ ਭਉ ਮੈਨੇ ਹੋਏ, ਆਪ ਹੀ ਪਰਮਹੰਸ ਦਾ ਰੂਪ ਹੁੰਦੇ ਹੋਏ ਨੇ। ਕਰਤਾਰ ਕੇ ਅਨੁਕੂਲ ਹੈ। ਤੇ ਕਰਤਾਰ ਕਹੀਏ ਬ੍ਰਹਮੇ ਦੇ ਆਪ ਹੀ ਅਨਸਾਰੀ ਹੋਏ ਨੇ, ਸਭ ਕਾਸੇ ਦੇ ਮਾਲਕ ਹੋ ਕੇ। ਤਾਂ ਹੀ ਕਹਿੰਦੇ ਨਾ ਅਜਰ ਸ਼ਕਤੀ ਨੂੰ ਜਰਨਾ। ਹੁਣ ਵਾਹਿਗੁਰੂ ਕੋਲ ਸਾਰੀ ਸ਼ਕਤੀ ਸੀ ਪਰ ਬ੍ਰਹਮੇ ਦੇ ਸੇਵਕ ਬਣ ਗਏ, ਅਜਰ ਸ਼ਕਤੀ ਜਰ ਕੇ। ਤੇ ਫਿਰ ਕਿਹਾ ਦੁਨੀਆਂ ਵਿੱਚ ਸ਼ਕਤੀ ਆਈ ਹੈ ਤੇ ਉਹਨੂੰ ਜਰ ਕੇ ਰੱਖਣਾ। ਪੰਜਵੇਂ ਪਾਤਸ਼ਾਹ ਗੁਰੂ ਅਰਜਨ ਦੇਵ ਨੇ ਤਾਂ ਹੀ ਕਿਹਾ ਨਾ ਅੰਤਰਜਾਮੀ ਪੁਰਖ ਵਿਧਾਤੇ ਸਰਦਾ ਮਨ ਕੀ ਪੂਰੇ, ਨਾਨਕ ਦਾਸ ਕਿਹਾ ਸੁਖ ਮੰਗੈ ਮੋਹ ਕੋ ਕਰ ਸੰਤਨ ਕੀ ਧੂਰੇ। ਇਹ ਦਾਸ ਭਾਵ ਵਾਹਿਗੁਰੂ ਅਕਾਲ ਪੁਰਖ ਪਰਮੇਸ਼ਰ ਦੀ ਪ੍ਰਥਮ ਨਿਸ਼ਾਨੀ ਹੈ। ਜਦੋਂ ਸੰਸਾਰ ਨੂੰ ਪ੍ਰਗਟ ਕੀਤਾ ਤੇ ਵਾਹਿਗੁਰੂ ਨੇ ਕੀ ਕੰਮ ਕੀਤਾ? ਦਾਸ ਭਾਵ ਬਣਦਾ, ਪਹਿਲਾਂ ਦਾਸ ਬਣੇ ਫਿਰ ਸੰਸਾਰ ਦੀ ਉਤਪਤੀ ਕੀਤੀ ਤੇ ਕਹਿ ਦਿੱਤਾ ਪਹਿਲਾ ਮਰਨ ਕਬੂਲ ਜੀਵਨ ਕੀ ਛੱਡ ਆਸ, ਹੋ ਸਭਨਾ ਕੀ ਰੇਨੁਕਾ ਤੋਂ ਆਓ ਹਮਾਰੇ ਪਾਸ। ਕਹਿਣ ਲੱਗੇ ਜੇ ਸੰਸਾਰ ਤੋਂ ਛੁੱਟਣਾ ਏ ਤੇ ਪਹਿਲਾਂ ਮੇਰੇ ਵਾਂਗੂ ਦਾਸ ਬਣ, ਦਾਸ ਬਣ ਕੇ ਤੂੰ ਛੁੱਟ ਸਕਦਾ ਏ। ਕਰਤਾਰ ਕੇ ਅਨੁਕੂਲ ਹੈ। ਹਾਂਜੀ ਅਰਥ ਹੋ ਗਿਆ ਏ, ਅੱਗੇ ਪੜੋ ਜੀ। ਓਹਾ ਹੋਤ ਪਉ ਤਵਨ ਕੀ। ਸਾਹਿਬ ਜੀ ਕਹਿੰਦੇ ਨੇ ਆਪ ਹੀ ਉਹ ਪਰਮਹੰਸ ਹੋਇਆ ਤੇ ਓਹਾ ਕਹੀਏ ਉਥੇ ਹੀ, ਹੋਤ ਮੈਨੇ ਹੁੰਦੀ ਭਉ ਮੈਨੇ ਹੋਈ, ਤਵਨ ਕਹੀਏ ਬ੍ਰਹਮੇ ਦੀ। ਬ੍ਰਹਮ ਸ਼ਕਤ ਅਰੂੜ ਹੈ। ਤੇ ਬ੍ਰਹਮ ਸ਼ਕਤ ਕਹੀਏ ਸੁਰਸਤੀ, ਬ੍ਰਹਮੇ ਦੀ ਸ਼ਕਤੀ, ਅਰੂੜ ਮੈਨੇ ਅਸਵਾਰ। ਦੇਖੋ ਵੀ ਫਿਰ ਬ੍ਰਹਮੇ ਨੂੰ ਇਕੱਲਾ ਨਹੀਂ ਬਿਠਾਇਆ ਆਪਣੇ ਉੱਤੇ, ਵਾਹਿਗੁਰੂ ਨੇ ਪਰਮਹੰਸ ਬਣ ਕੇ ਉਹਦੀ ਘਰਵਾਲੀ ਨੂੰ ਵੀ ਨਾਲ ਹੀ ਬਿਠਾ ਲੈਣਾ ਕੀਤਾ, ਉਹਦੇ ਟੱਬਰ ਦੀ ਵੀ ਸੇਵਾ ਕੀਤੀ। ਤਾਂ ਹੀ ਕਹਿੰਦੇ ਹੈ ਨਾ ਗੁਰੂ ਕੁਲਾਂ ਦੀ ਸੇਵਾ ਕਰਨੀ ਚਾਹੀਦੀ ਹੈ, ਗੁਰੂ ਦੇ ਕੁਲ ਨੂੰ ਵੀ ਮੰਨਣਾ ਚਾਹੀਦਾ ਹੈ। ਬ੍ਰਹਮਾ ਦਾ ਵਾਹਨ ਕੌਣ ਹੈ? ਵਾਹਿਗੁਰੂ। ਤੇ ਬ੍ਰਹਮਾ ਦੇ ਬੈਠਾ ਬੈਠਾ ਉਹਦੀ ਘਰਵਾਲੀ ਵੀ ਨਾਲ ਬੈਠ ਗਈ, ਉੱਥੇ ਹੀ ਸਵਾਰ ਹੋ ਗਈ ਜਿੱਥੇ ਬ੍ਰਹਮਾ ਜੀ ਸਵਾਰ ਹੋਏ ਸੀ, ਬੈਠੇ ਸੀ।
ਵਾਹਿਗੁਰੂ ਨੇ ਕਿਹਾ ਨਹੀਂ ਵੀ ਮੈਂ ਇਕੱਲੀ ਬ੍ਰਹਮੇ ਦੀ ਸੇਵਾ ਕਰਨੀ ਹੈ, ਘਰ ਵਾਲੀ ਦੀ ਨਹੀਂ ਕਰਨੀ। ਉਹਨਾਂ ਕਿਹਾ ਬ੍ਰਹਮਾ ਜੀ ਤੁਹਾਡਾ ਸਾਰਾ ਪਰਿਵਾਰ ਬੈਠੇ ਮੇਰੇ ਤੇ, ਇਹਨੂੰ ਸਵਾਮ ਭਗਤ, ਇਹਨੂੰ ਅਨੰਨ ਭਗਤ ਕਹਿੰਦੇ। ਅੱਜ ਕਹਿੰਦੇ ਜੀ ਅਸੀਂ ਬਾਬੇ ਨਾਨਕ ਦੇ ਸੇਵਕ ਤੇ ਆ ਗਏ, ਬਾਬੇ ਸ਼੍ਰੀ ਚੰਦਰ ਦੇ ਨੀ। ਆਖੋ ਸਤਨਾਮ ਸ਼੍ਰੀ ਵਾਹਿਗੁਰੂ, ਬਾਬੇ ਨਾਨਕ ਦੇ ਤੇ ਹੈਗੇ ਹੈ ਪਰ ਬਾਬੇ ਸ਼੍ਰੀ ਚੰਦ ਨੂੰ ਨੀ ਮੰਨਣਾ। ਗੁਰੂ ਕਾ ਪੁੱਤ ਹੈ, ਉਹ ਜੈਸਾ ਵੀ ਹੋਵੇ ਜੋ ਮਰਜ਼ੀ ਕਰੇ ਉਹਦੇ ਵੱਲ ਨਹੀਂ ਦੇਖਣਾ, ਗੁਰੂ ਕਾ ਸੁੱਤ ਹੈ, ਗੁਰੂ ਸੁੱਤ ਵੱਲ ਦੇਖਣਾ। ਹੁਣ ਇੱਥੇ ਥੋੜਾ ਦੇਖਿਆ ਕਿ ਬ੍ਰਹਮਾ ਕਰੈਕਟਰਲੈਸ ਹੈ, ਉਹਨੇ ਆਪਣੀ ਧੀ ਦੇ ਨਾਲ ਹੀ ਸੰਸਾਰ ਦੀ ਜੋ ਵਿਵਹਾਰ ਦੀ ਰੀਤੀ ਹੈ ਉਸ ਨੂੰ ਕੀਤਾ ਹੈ। ਵਾਹਿਗੁਰੂ ਅਕਾਲ ਪੁਰਖ ਪਰਮੇਸ਼ਰ ਦੇ ਉਹਦੇ ਸੇਵਕ ਬਣੇ ਰਹੇ, ਉਹਦੀ ਧੀ ਵੀ ਉੱਥੇ ਬੈਠੀ ਹੈ, ਸੁਰਸਤੀ ਉਹਦੀ ਸ਼ਕਤੀ ਵੀ ਬੈਠੀ ਹੈ ਤੇ ਉਹ ਆਪ ਵੀ ਉੱਥੇ ਹੀ ਵਿਰਾਜਮਾਨ ਹੋ ਰਿਹਾ ਹੈ। ਧਰ ਰੂਪ ਨਾਨਾ ਪ੍ਰਾਨ ਪੁਰਖ, ਵਾਹਿਗੁਰੂ ਅਕਾਲ ਪੁਰਖ ਪਰਮੇਸ਼ਰ ਨੇ ਏਦਾਂ ਨਾਨਾ ਰੂਪ ਧਾਰਨ ਕੀਤੇ ਨੇ ਸੰਸਾਰ ਵਿੱਚ, ਕਿਧਰੇ ਹੰਸ ਦਾ ਤੇ ਕਿਧਰੇ ਸੰਸਾਰ ਵਿੱਚ ਹੋਰ ਰੂਪ ਧਾਰਨ ਕੀਤੇ ਨੇ। ਸੂਖਮ ਅਸਥੂਲ ਹੈ, ਕੁਝ ਸੂਖਮ ਰੂਪ ਨੇ ਕੁਝ ਅਸਥੂਲ ਨੇ। ਅਸਥੂਲ ਮੈਨੇ ਹੁੰਦਾ ਮੋਟਾ, ਜਿਹੜੇ ਮੋਟੇ ਆ ਮੋਟੀ ਅੱਖ ਨਾਲ ਦਿਸਦੇ ਉਹਨੂੰ ਅਸਥੂਲ ਕਹਿੰਦੇ। ਸੂਖਮ ਕਹਿੰਦੇ ਜਿਹੜਾ ਅੱਖ ਨਾਲ ਦਿਖਾਈ ਨਾ ਦੇਵੇ, ਕੁਝ ਸੂਖਮ ਜੀਵ ਨੇ ਕੁਝ ਮੋਟੇ ਜੀਵ ਨੇ ਮੋਟੀ ਅੱਖ ਨਾਲ ਦਿਸਣ ਵਾਲੇ। ਕਹਾਂ ਬ੍ਰਹਮ ਪਾ ਕਹਾਂ ਹੰਸ ਪਾ, ਕਹਿੰਦੇ ਵਾਹਿਗੁਰੂ ਅਕਾਲ ਪੁਰਖ ਕਿਧਰੇ ਬ੍ਰਹਮ ਰੂਪ ਹੋਇਆ ਏ, ਕਿਧਰੇ ਉਹ ਪਰਮ ਹੰਸ ਰੂਪ ਹੋਇਆ ਏ। ਪਰਮ ਹੰਸ ਰੂਪ ਹੋ ਕਰਕੇ ਜੀਵਨ ਜਾਂਚ ਦੱਸ ਰਿਹਾ ਏ ਤੇ ਬ੍ਰਹਮ ਰੂਪ ਹੋ ਕਰਕੇ ਸੰਸਾਰ ਤੋਂ ਪੂਜਾ ਕਰਵਾ ਰਿਹਾ ਏ। ਕਹਾਂ ਸਖਤ ਪਾਤਰ ਸੂਲ ਹੈ, ਕਿਧਰੇ ਫਿਰ ਉਹ ਸ਼ਕਤੀ ਰੂਪ ਹੋਇਆ ਏ ਤੇ ਫਿਰ ਕਿਧਰੇ ਉਹ ਤਰਸੂਲ ਸ਼ਿਵ ਰੂਪ ਹੋਇਆ, ਜਾਂ ਇਸ ਤਰ੍ਹਾਂ ਕਿਧਰੇ ਉਹ ਬ੍ਰਹਮਾ ਬਣਿਆ ਏ ਵਾਹਿਗੁਰੂ ਅਕਾਲ ਪੁਰਖ, ਕਿਧਰੇ ਉਹ ਪਰਮਹੰਸ ਬਣਿਆ ਏ, ਕਿਧਰੇ ਉਹ ਸ਼ਕਤ ਸੁਰਸਤੀ ਬਣਿਆ ਏ ਤੇ ਕਿਧਰੇ ਉਹ ਤਰਸੂਲ ਕਹੀਏ ਸ਼ਿਵ ਬਣਿਆ ਏ ਵਾਹਿਗੁਰੂ। ਧਰ ਬ੍ਰਹਮ ਰੂਪ ਅਨੂਪ ਪਾਵਨ, ਇਸ ਤਰੀਕੇ ਦੇ ਨਾਲ ਵਾਹਿਗੁਰੂ ਨੇ ਰੂਪ ਧਾਰਨਾ ਕੀਤੇ ਨੇ ਪਵਿੱਤਰ। ਜਗਤ ਕਰਤਾ ਸ੍ਰਿਸ਼ਟ ਹੈ, ਸਾਰੇ ਜਗਤ ਨੂੰ ਕਰਨ ਵਾਲੇ ਨੇ, ਸ੍ਰਿਸ਼ਟੀ ਨੂੰ ਪੈਦਾ ਕਰਨ ਵਾਲੇ ਨੇ। ਰਚਨਾ ਰਚੀ ਤ੍ਰੈ ਗੁਣ ਚਰਾਚਰ, ਇਹਨਾਂ ਰਚਨਾ ਰਚਨਾ ਕੀਤੀ ਹੈ ਤਿੰਨ ਗੁਣਾਂ ਦੀ, ਜੜ ਚੇਤਨ ਜਿੰਨੀ ਵੀ ਰਚਨਾ ਏ। ਸਿਵ ਸਖਤ ਤਤ ਬਲਿਸ਼ਟ ਹੈ, ਸਿਵ ਵਾਹਿਗੁਰੂ ਅਕਾਲ ਪੁਰਖ ਨੇ ਸਖਤ ਮਾਇਆ ਨੂੰ ਪੈਦਾ ਕਰਕੇ ਉਹਦੇ ਤੋਂ ਫਿਰ ਪੰਜ ਤੱਤ ਬਲਿਸ਼ਟ ਕਹੀਏ ਬਹੁਤੇ ਵੱਡੇ ਪੈਦਾ ਕਰਕੇ ਸੰਸਾਰ ਦੀ ਰਚਨਾ ਕੀਤੀ ਹੈ। ਓਅੰਕਲੋਲ ਉਦੋਤ ਉਦਭਵ, ਉਦਭਵ ਇੱਥੇ ਉਦਭਵ ਹੈ, ਉਦਭਵ ਮੈਨੇ ਪੈਦਾ, ਅਦੋਤ ਮੈਨੇ ਪ੍ਰਗਟ, ਕਲੋਲ ਮੈਨੇ ਖੇਡ। ਉਹਨੇ ਕੋਈ ਬਹੁਤਾ ਸਮਾਂ ਨਹੀਂ ਲਾਇਆ ਸੰਸਾਰ ਨੂੰ ਪੈਦਾ ਕਰਨ ਲਈ, ਓਅੰਕਾਰ ਕਹਿ ਕਰਕੇ ਇਹ ਸੰਸਾਰ ਦੀਆਂ ਕਲੋਲ ਕਹੀਏ ਖੇਡਾਂ ਨੂੰ, ਅਦੋਤ ਕਹੀਏ ਪ੍ਰਗਟ ਉਦਭਵ ਮੈਨੇ ਪੈਦਾ ਕਰ ਦਿੱਤਾ। ਨਾਭ ਕਮਲ ਪ੍ਰਤਿਸ਼ਠ ਹੈ, ਤੇ ਫਿਰ ਆਪਣਾ ਸਭ ਤੋਂ ਪਿਆਰਾ ਨਾਭ ਕਮਲ ਕਹੀਏ ਬ੍ਰਹਮਾ, ਕਿਉਂਕਿ ਇਹ ਵਾਹਿਗੁਰੂ ਦੀ ਮਾਂ ਵਿਸ਼ਨੂੰ ਦੀ ਨਾਭੀ ਦੇ ਉੱਪਰ ਬੈਠਾ ਹੈ ਨਾ, ਵਾਹਿਗੁਰੂ ਦੇ ਸਰਗੁਣ ਸਰੂਪ ਦੀ ਨਾਭੀ ਦੇ ਉੱਪਰ ਬੈਠਾ ਹੈ ਨਾ, ਤੇ ਇਸ ਵਾਸਤੇ ਉਹਨੂੰ ਨਾਭ ਕਮਲ ਕਹਿੰਦੇ ਨੇ। ਵਾਹਿਗੁਰੂ ਅਕਾਲ ਪੁਰਖ ਪਰਮੇਸ਼ਰ ਦਾ ਜਿਹੜਾ ਸਰਗੁਣ ਸਰੂਪ ਉਹਨੂੰ ਮਾਂ ਵਿਸ਼ਨੂੰ ਕਹਿੰਦੇ ਹੈ, ਤੇ ਉਹਦੀ ਨਾਭੀ ਦੇ ਵਿੱਚੋਂ ਕਹਿੰਦੇ ਕਮਲ ਉੱਭ ਗਿਆ ਤੇ ਕਮਲ ਦੇ ਉੱਪਰ ਬ੍ਰਹਮਾ ਬੈਠਾ ਹੈ, ਤੇ ਪ੍ਰਤਿਸ਼ਠ ਮੈਨੇ ਪਿਆਰਾ ਹੈ, ਕਿਉਂਕਿ ਵਾਹਿਗੁਰੂ ਅਕਾਲ ਪੁਰਖ ਨੇ ਬ੍ਰਹਮੇ ਤੋਂ ਸਾਰੀ ਸ੍ਰਿਸ਼ਟੀ ਪੈਦਾ ਕਰਾਈ ਨਾ, ਇਸ ਵਾਸਤੇ ਬ੍ਰਹਮਾ ਵਾਹਿਗੁਰੂ ਦਾ ਜ਼ਿਆਦਾ ਪਿਆਰਾ ਹੈ। ਸੋ ਪ੍ਰਤਿਸ਼ਠ ਮੈਨਾ ਹੈ ਜੋ ਪਿਆਰਾ ਹੈ, ਤੇ ਉਸ ਪਿਆਰੇ ਬ੍ਰਹਮੇ ਨੂੰ ਵੀ ਵਾਹਿਗੁਰੂ ਅਕਾਲ ਪੁਰਖ ਪਰਮੇਸ਼ਰ ਨੇ ਓਅੰਕਾਰ ਕਹਿ ਕੇ ਹੀ ਪੈਦਾ ਕੀਤਾ। ਤੇ ਪਤ ਇਸ਼ਟ, ਇਸ਼ਟ ਮੈਨੇ ਹੁੰਦਾ ਇਹ ਪਿਆਰਾ, ਤੇ ਪਤ ਮੈਨੇ ਪਤੀ, ਜਿਹੜਾ ਪਿਆਰੇ ਦਾ ਵੀ ਪਤੀ ਹੋਵੇ। ਜਿੰਨਾ ਦੁਨੀਆਂ ਦੇ ਵਿੱਚ ਪਿਆਰ ਹੈ, ਜਿਹੜਾ ਪਿਆਰ ਦਾ ਸਮੁਦਾਇ ਹੈ, ਪਿਆਰ ਦਾ ਕੇਂਦਰ ਹੈ, ਉਹ ਕੌਣ ਹੈ? ਵਾਹਿਗੁਰੂ ਅਕਾਲ ਪੁਰਖ ਪਰਮੇਸ਼ਰ। ਤੇ ਨਾਭ ਕਮਲ ਕਿਹਦਾ ਨਾਮ ਹੈ? ਵਾਹਿਗੁਰੂ ਅਕਾਲ ਪੁਰਖ ਪਰਮੇਸ਼ਰ ਦਾ ਹੀ ਨਾਮ ਹੈ। ਤੇ ਇਹ ਦੂਸਰਾ ਅਰਥ ਇੱਦਾਂ ਸਮਝ ਲਿਓ ਜਿਵੇਂ ਹੁਣ ਦੱਸਣ ਲੱਗੇ ਹਾਂ। ਨਾਭ ਕਮਲ, ਜਿਹਦੀ ਨਾਭੀ ਦੇ ਵਿੱਚ ਕਮਲ ਹੈ, ਉਹ ਕੌਣ ਹੈ? ਵਾਹਿਗੁਰੂ ਅਕਾਲ ਪੁਰਖ। ਜਿਹੜਾ ਪ੍ਰਤਿਸ਼ਠ ਹੈ, ਪਿਆਰ ਦਾ ਜੋ ਪਤੀ ਹੈ, ਕੇਂਦਰ ਹੈ,
ਟਰਾਂਸਫਾਰਮ ਹੈ ਪਿਆਰ ਦਾ, ਜਿੱਥੋਂ ਪਿਆਰ ਵਰਤ ਰਿਹਾ ਹੈ। ਜਿਵੇਂ ਸਰਬਲੋ ਸਰੂਪ ਦੇ ਵਿੱਚ ਮਹਾਰੇ ਕਹਿਣਗੇ ਵਾਹਿਗੁਰੂ ਅਕਾਲ ਪੁਰਖ ਪਰਮੇਸ਼ਰ ਪ੍ਰੇਮ ਸਰੂਪ ਹੈ, ਤੇ ਪ੍ਰੇਮ ਸਰੂਪ ਨੂੰ ਮਹਾਰੇ ਨੇ ਕਿਹਾ ਇਹ ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ। ਪ੍ਰੇਮ ਸਰੂਪ ਵਾਹਿਗੁਰੂ ਅਕਾਲ ਪੁਰਖ ਨੂੰ ਜਿਹਨੇ ਪ੍ਰੇਮ ਕੀਤਾ ਉਹਨੇ ਹੀ ਪ੍ਰਾਪਤ ਕੀਤਾ ਹੈ। ਸੋ ਜਿਹੜਾ ਪ੍ਰੇਮ ਦਾ ਮਾਲਕ ਹੈ ਉਹ ਵਾਹਿਗੁਰੂ ਅਕਾਲ ਪੁਰਖ ਪਰਮੇਸ਼ਰ, ਤੇ ਉਹਨੇ ਓਅੰਕਾਰ ਕਹਿ ਕੇ ਸਾਰੇ ਸੰਸਾਰ ਨੂੰ ਪੈਦਾ ਕਰਨਾ ਕੀਤਾ ਏ। ਚਤੁਰਮੁਖ ਸਹੰਸਰ ਮੁਖ, ਭਾਵ ਇੱਥੇ ਭਾਵ ਲਿਖ ਲੋ। ਕਿਧਰੇ ਕਹਿੰਦੇ ਚਤੁਰਮੁਖਾਂ ਵਾਲਾ ਬ੍ਰਹਮਾ ਤੇ ਸਹੰਸਰ ਮੁਖ ਸ਼ੇਸ਼ ਨਾਗ, ਭਾਵ ਮੈਨੇ ਪੈਦਾ ਹੋ ਗਿਆ ਜਦੋਂ ਨਾਭ ਕਮਲ ਪ੍ਰਤਿਸ਼ਠ ਵਾਹਿਗੁਰੂ ਨੇ ਓਅੰਕਾਰ ਕਿਹਾ ਆਪਣੇ ਮੁਖ ਤੋਂ। ਬ੍ਰਹਮ ਬ੍ਰਹਮ ਸੈ ਨਿਸ਼ਟਹੇ, ਬ੍ਰਹਮ ਬ੍ਰਹਮਸਯ ਨਿਸ਼ਟਹੇ, ਇਸ ਤਰ੍ਹਾਂ ਉਚਾਰਨ ਕਰਨਾ। ਤੇ ਬ੍ਰਹਮ ਤੇ ਬ੍ਰਹਮਸਯ ਨਿਸ਼ਟ ਮੈਨੇ ਸ਼ਰਧਾ। ਸੋ ਮਹਾਰਾਜ ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਕਹਿੰਦੇ ਨੇ ਬ੍ਰਹਮਾ ਬ੍ਰਹਮ ਦੀ ਨਿਸ਼ਟਾ ਵਾਲਾ ਹੈ। ਜਿਹੜਾ ਬ੍ਰਹਮਾ ਬ੍ਰਹਮ ਵਾਹਿਗੁਰੂ ਅਕਾਲ ਪੁਰਖ ਪਰਮੇਸ਼ਰ ਦੇ ਉੱਪਰ ਸ਼ਰਧਾ ਰੱਖਣ ਵਾਲਾ ਹੈ, ਉਹ ਓਅੰਕਾਰ ਕਹਿ ਕੇ ਹੀ ਪੈਦਾ ਕਰ ਦਿੱਤਾ। ਚਤੁਰਮੁਖ ਸਹੰਸਰ ਮੁਖ ਭਾਵ, ਜਦੋਂ ਵਾਹਿਗੁਰੂ ਅਕਾਲ ਪੁਰਖ ਨੇ ਆਪਣੇ ਮੁਖ ਤੋਂ ਓਅੰਕਾਰ ਕਿਹਾ, ਉਦੋਂ ਚਾਰ ਮੂੰਹਾਂ ਵਾਲਾ ਬ੍ਰਹਮਾ, ਕਿਧਰੇ ਹਜ਼ਾਰਾਂ ਮੂੰਹਾਂ ਵਾਲਾ ਬ੍ਰਹਮਾ ਵੀ ਲਿਖਿਆ ਹੈ, ਇਹ ਪੈਦੇ ਹੋ ਗਏ ਨੇ ਬ੍ਰਹਮੇ। ਬ੍ਰਹਮ ਜਿਸ ਬ੍ਰਹਮੇ ਦੀ ਬ੍ਰਹਮਸਯ ਬ੍ਰਹਮ ਵਾਹਿਗੁਰੂ ਅਕਾਲ ਪੁਰਖ ਦੇ ਉੱਪਰ ਨਿਸ਼ਟ ਸ਼ਰਧਾ ਹੈ। ਭਾਈ ਆਗਿਆ ਨਾਰਦ ਹੈ, ਸਾਹਿਬ ਜੀ ਕਹਿੰਦੇ ਫਿਰ ਨਾਰਦ ਨੂੰ ਆਗਿਆ ਦਿੱਤੀ ਹੈ ਬ੍ਰਹਮੇ ਨੇ। ਦਲ ਸਾਜ ਸਾਜ ਸਮਸਤ ਹੈ, ਆਗਿਆ ਦਿੱਤੀ ਹੈ ਵੀ ਸਾਰਾ ਦਲ ਸਾਜਨਾ ਕਰੋ, ਫੌਜ ਨੂੰ ਤਿਆਰ ਬਰ ਤਿਆਰ ਕਰੋ। ਸਕਰ ਸੁਰਪੁਰ ਲੋਕ ਕਹਿ, ਕਹਿਣ ਲੱਗੇ ਜਿਹੜਾ ਇੰਦਰ ਦਾ ਲੋਕ ਹੈ ਜਿਹਨੂੰ ਸੁਰਪੁਰੀ ਕਹਿੰਦੇ ਨੇ, ਅਬ ਲੋਕੀ ਐ ਸੁਰਪਤ ਹੈ, ਚਲੋ ਚਲੀਏ ਜਾ ਕਰਕੇ ਇੰਦਰ ਦਾ ਹਾਲ ਦੇਖਣਾ ਕਰੀਏ, ਕੀ ਹਾਲ ਹੈ ਉਹਦਾ। ਸੁਣ ਬਚਨ ਸੁਰ ਸਭ ਕਟਕ ਸਾਜਤ, ਸਾਹਿਬ ਜੀ ਕਹਿੰਦੇ ਨੇ ਸੁਣ ਕਰਕੇ ਤੇ ਸਾਰਿਆਂ ਨੇ ਫੌਜ ਨੂੰ ਸਾਜ ਲੈਣਾ ਕੀਤਾ ਬਚਨ ਨਾਰਦ ਦਾ। ਬਜਤ ਘੰਟਾ ਸੰਖ ਹੈ, ਇਧਰ ਸੰਖ ਤੇ ਘੰਟੇ ਵੱਜਣ ਲੱਗ ਪਏ। ਚਤੁਰੰਗਨੀ ਦਲ ਸਾਜ ਸੁੰਦਰ, ਚਾਰ ਪ੍ਰਕਾਰ ਦਾ ਸੋਹਣਾ ਦਲ ਸਾਜ ਕਰਕੇ, ਸੁਗਰ ਸੈਨ ਬੇਸੰਖ ਹੈ, ਸੋਹਣੀ ਸੈਨਾ ਜੋ ਬੇਸੰਖ ਕਹੀਏ ਬਹੁ ਗਿਣਤੀ ਵਿੱਚ ਹੈ। ਚਤੁਰ ਸੈਨ ਅਨੀ ਅਮਰਗਨ, ਚਾਰ ਪ੍ਰਕਾਰ ਦੀ ਸੈਨਾ ਅਮਰਗਨ ਦੇਵਤਿਆਂ ਦੀ ਅਨੀ ਫੌਜ। ਬ੍ਰਹਮ ਸੈਨ ਸੰਭੂਹ ਹੈ, ਜੋ ਬ੍ਰਹਮੇ ਦੀ ਸੈਨਾ ਕਹੀਏ ਸੰਭੂ ਸਾਰੀ ਸੈਨ ਮੈਨੀ ਫੌਜ, ਤੇ ਸੰਭੂ ਮੈਨੇ ਸਾਰੀ ਉਹ ਸਾਰੀ ਇਕੱਠੀ ਹੋ ਗਈ। ਭਾਂਤ ਭਾਂਤ ਸੁਧਾਰ ਨਿਜ ਨਿਜ, ਮਹਾਰਾਜ ਸਾਹਿਬ ਜੀ ਕਹਿੰਦੇ ਭਾਂਤਾਂ ਭਾਂਤਾਂ ਦੇ ਆਪੋ ਆਪਣੀਆਂ ਸਵਾਰੀਆਂ ਨੂੰ ਸੁਧਾਰ ਕਰਕੇ, ਕਟਕ ਦਾਰਨ ਬਜੂਹ ਹੈ, ਵਿਊਹ ਮੈਨੇ ਚੱਕਰ ਵਿਊਹ ਬਣਾ ਲੈਣਾ ਕੀਤਾ, ਦਾਰਨ ਕਹੀਏ ਡਰਾਉਣਾ, ਕਟਕ ਕਹੀਏ ਫੌਜ ਨੇ। ਅਮਿਤ ਦਲ ਬੇਵਾਨ ਮੋਹਨ, ਮਹਾਰਾਜ ਸਾਹਿਬ ਜੀ ਕਹਿੰਦੇ ਨੇ ਬੇਅੰਤ ਦਲ ਹੈ, ਵਿਮਾਨ ਨੇ ਮਨਾਂ ਨੂੰ ਮੋਹਣ ਵਾਲੇ। ਹੰਸ ਆਦ ਅੰਬੂਹ ਹੈ, ਅੰਬੂਹ ਮੈਨੇ ਗਰੋਹ ਨੇ ਹੰਸ ਆਦਿਕਾਂ ਦੇ, ਕਿਉਂਕਿ ਜਿਹੜਾ ਬ੍ਰਹਮਾ ਹੈ ਉਹਦੀ ਫੌਜ ਦੇ ਕੋਲ ਵੀ ਹੰਸੀ ਵਾਹਨ ਨੇ। ਬ੍ਰਹਮੇ ਦਾ ਜਿਹੜਾ ਵਾਹਨ ਹੈ ਉਹ ਵੱਡਾ, ਉਹਨੂੰ ਪਰਮਹੰਸ ਕਹਿੰਦੇ ਨੇ। ਹੋਰ ਜਿੰਨੀ ਫੌਜ ਹੈ ਉਹ ਵੀ ਹੰਸਾਂ ਤੇ ਹੀ ਬੈਠਦੀ ਹੈ। ਸੋ ਕਹਿੰਦੇ ਉੱਥੇ ਹੰਸਾਂ ਦੇ ਤੇ ਅੰਬੂਹ ਗਰੋਹ ਬਣ ਗਏ, ਬੜੇ ਹੰਸ ਉੱਥੇ ਇਕੱਠੇ ਹੋ ਗਏ। ਆਸ ਰਥ ਗਜ ਸਯੰਦ ਨਨ, ਮਹਾਰਾਜ ਸਾਹਿਬ ਜੀ ਕਹਿੰਦੇ ਉੱਥੇ ਘੋੜੇ ਵੀ ਰਥ ਵੀ ਹਾਥੀ ਵੀ, ਤੇ ਉੱਥੇ ਫਿਰ ਰਥ ਵੀ ਆਏ ਨੇ ਨਾਨਾ ਪ੍ਰਕਾਰ ਦੇ। ਗਜਤ ਹਿੰਸਤ ਹੂਹ ਹੈ, ਉੱਥੇ ਗਜਤ ਗਜਦੇ ਪਏ ਨੇ ਹਾਥੀ, ਤੇ ਹਿੰਸਤ ਮੈਨੇ ਹਿਣਕਦੇ ਪਏ ਨੇ ਘੋੜੇ, ਤੇ ਉੱਥੇ ਹਾਹਾ ਹੂਹ ਹੋ ਰਹੀ ਹੈ। ਦਾਰੁਨ ਸਕਲ ਸੋ ਅਸਤਰ ਪੁੰਜੰ, ਸਾਹਿਬ ਜੀ ਕਹਿੰਦੇ ਨੇ ਸਾਰਿਆਂ ਨੇ ਬਹੁਤੇ ਡਰਾਉਣੇ ਸ਼ਸਤਰ ਪਾ ਲਏ ਨੇ। ਸੂਰ ਅਦੁੱਤੀ ਪ੍ਰਚੰਡ ਹੈ, ਇੱਥੇ ਅਦੁੱਤੀ ਹੈ, ਕਹਿੰਦੇ ਨੇ ਵੀ ਇਹੋ ਜੇ ਸੂਰਮੇ ਨੇ ਜਿਨ੍ਹਾਂ ਵਰਗਾ ਹੋਰ ਕੋਈ ਨੀ, ਅਦੁੱਤੀ ਮੈਨੇ ਜਿਨ੍ਹਾਂ ਵਰਗਾ ਦੂਜਾ ਨਾ ਹੋਵੇ, ਜਿਨ੍ਹਾਂ ਵਰਗਾ ਹੋਰ ਹੋਵੇ ਹੀ ਕੋਈ ਨਾ, ਐਸੇ ਅਦੁੱਤੀ ਸੂਰਮੇ ਨੇ, ਪ੍ਰਚੰਡ ਕਹੀਏ ਤਿਰਖੇ ਪ੍ਰਤਾਪ ਵਾਲੇ,
ਐਸੇ ਸੂਰ ਬੀਰ ਉੱਥੇ ਤਿਆਰ ਬਰ ਤਿਆਰ ਹੋਏ ਨੇ। ਦਲ ਸਾਜ ਆਪਣ ਆਪ ਸੁਰ ਸਭ ਤੇ ਆਪੋ ਆਪਣੇ ਦਲ ਸਾਜ ਕਰਕੇ ਸਾਰੇ ਹੀ ਜੁੱਥ ਜੁੱਥ ਅਖੰਡ ਹੈ ਤੇ ਸਾਹਿਬ ਜੀ ਕਹਿੰਦੇ ਸਾਰਿਆਂ ਨੇ ਜਥੇ ਬਣਾ ਲਏ ਤਿਆਰ ਹੋ ਗਏ ਨੇ। ਬੇਰੰਚ ਲੋਕ ਜੁਰੇ ਸਕਲ ਸੁਰ ਤੇ ਜਿੰਨੇ ਬ੍ਰਹਮੇ ਦੇ ਸੇਵਕ ਸਨ ਸਾਰੇ ਬੇਰੰਚ ਲੋਕ ਇੱਥੇ ਬੇਰੰਚ ਲੋਕ ਹੈ। ਬੱਬੇ ਸਿਆਰੀ ਰਾਰੇ ਟਿੱਪੀ ਚੱਚੇ ਨੂੰ ਸਿਆਰੀ ਬ੍ਰਹਮਪੁਰੀ ਦੇ ਵਿੱਚ ਆ ਕੇ ਸਾਰੇ ਇਕੱਠੇ ਹੋ ਗਏ ਨੇ। ਕਟਕ ਘੰਟਾ ਘਮੰਡ ਹੈ ਤੇ ਸਾਹਿਬ ਜੀ ਕਹਿੰਦੇ ਨੇ ਉੱਥੇ ਕਟਕ ਫੌਜ ਘਟਾ ਕਹੀਏ ਬੱਦਲਾਂ ਵਾਂਗ ਘਮੰਡ ਕਹੀਏ ਗੱਜਦੀ ਪਈ ਹੈ। ਜੈ ਸ਼ਬਦ ਹੂਹ ਕਰਾਲ ਉਚਰਤ ਤੇ ਜੈ ਜੈਕਾਰ ਦੇ ਸ਼ਬਦ ਹਾਹਾ ਹੂਹ ਦੇ ਡਰਾਉਣੇ ਸ਼ਬਦ ਕਰ ਰਹੇ ਨੇ। ਬਲਵੰਡ ਸੂਰ ਪੁਜ ਦੰਡ ਹੈ ਜਿਹੜੇ ਬਲਵੰਡ ਬਹੁਤੇ ਬਲ ਵਾਲੇ ਸੂਰਮੇ ਨੇ ਤੇ ਜਿਨ੍ਹਾਂ ਦੀਆਂ ਬਾਹਾਂ ਡੰਡਿਆਂ ਵਾਲੀਆਂ ਨੇ ਡੰਡਾ ਡੰਡਿਆਂ ਵਰਗੀਆਂ ਜਿਨ੍ਹਾਂ ਦੀਆਂ ਸਖ਼ਤ ਬਾਹਾਂ ਨੇ। ਸੋ ਏਦਾਂ ਗੁਰੂ ਖਾਲਸਾ ਜੀ ਬ੍ਰਹਮਪੁਰੀ ਦੇ ਵਿੱਚ ਫੌਜ ਇਕੱਠੀ ਹੋਈ ਹੈ ਤੇ ਹੁਣ ਅੱਗੇ ਬ੍ਰਹਮਾ ਜੀ ਸਵਾਰ ਹੋਣਗੇ ਤੇ ਉਹ ਇਹਨਾਂ ਨੂੰ ਕਹਿਣਗੇ ਵੀ ਚਲੋ ਆਪਾਂ ਹੁਣ ਚੱਲੀਏ ਇੰਦਰ ਦੀ ਸਹਾਇਤਾ ਕਰਨ ਵਾਸਤੇ। ਤੇ ਜਦੋਂ ਇਹ ਫੌਜ ਚੱਲ ਪਵੇਗੀ ਫਿਰ ਸ਼ਿਵ ਦੀ ਫੌਜ ਵੀ ਚੱਲ ਪਵੇਗੀ ਵਿਸ਼ਨੂੰ ਜੀ ਦੀ ਫੌਜ ਵੀ ਚੱਲ ਪਵੇਗੀ ਤੇ ਇਹ ਫੌਜਾਂ ਇਕੱਠੀਆਂ ਹੋ ਕਰਕੇ ਸਾਰੀਆਂ ਹੀ ਫਿਰ ਜਦੋਂ ਗੁਰੂ ਖਾਲਸਾ ਜੀ ਇੰਦਰਪੁਰੀ ਦੇ ਵਿੱਚ ਉੱਪੜ ਜਾਣਗੇ ਤੇ ਉੱਥੇ ਫਿਰ ਬਹੁਤ ਅੱਗੇ ਚਾਹ ਹੋਣਗੇ ਇਹਨਾਂ ਦੀਆਂ ਆਰਤੀਆਂ ਹੋਣਗੀਆਂ। ਉਹ ਕਥਾ ਅੱਗੇ ਆਪ ਜੀ ਕਰਮਵਾਰ ਸੁਣੀ ਜਾਓ ਤੇ ਮਹਾਰਾਜ ਸਾਹਿਬ ਜੀ ਜਿਵੇਂ ਪਦ ਕ੍ਰਿਤੀ ਕਰ ਰਹੇ ਨੇ ਉਹ ਗੁਰੂ ਖਾਲਸਾ ਜੀ ਆਪ ਸੁਣ ਕਰਕੇ ਲਾਹੇ ਪ੍ਰਾਪਤ ਕਰੋ। ਹੋਈ ਭੁੱਲ ਚੁੱਕ ਦੀ ਖਿਮਾ ਜੀ। ਬੇਰੰਚ ਲੋਕ ਜੁਰੇ ਸਕਲ ਸੁਰ ਕਟਕ ਘਟਾ ਘਮੰਡ ਹੈ ਜੈ ਸ਼ਬਦ ਹੂਹ ਕਰਾਲ ਉਚਰਤ ਬਲਵੰਡ ਸੂਰ ਪੁਜ ਦੰਡ ਹੈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।